ਕਾ ਫੰਡਾ, ਫੋਨ ਕਾ ਫੰਡਾ। ਮੇਰਾ ਗਾਣਾ ਚਲਾ ਦਿਓ। ਹੈਲੋ ਹੈਲੋ ਹੈਲੋ, ਚੜ੍ਹਦੀ ਕਲਾ ਟਾਈਮ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵ੍ਰਿਧਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਸਭ ਦਾ, ਵੈਲਕਮ ਜੀ ਆਇਆਂ ਨੂੰ ਪ੍ਰੋਗਰਾਮ ਫੋਨ ਕਾ ਫੰਡਾ 'ਚ। ਤੁਹਾਡਾ ਆਪਦਾ ਪ੍ਰੋਗਰਾਮ ਹੈ ਬਈ, ਤੁਸੀਂ ਕਾਲ ਕਰਨਾ, ਇਸ ਪ੍ਰੋਗਰਾਮ 'ਚ ਗਾਣੇ ਸੁਣ ਸਕਦੇ ਹੋ, ਸਾਡੇ ਨਾਲ ਗੱਲਾਂ ਪਤਾ ਕਰ ਸਕਦੇ ਹੋ, ਕਿਸੇ ਆਪਦੇ ਤੱਕ ਕੋਈ ਮੈਸੇਜ ਸੁਨੇਹਾ ਪਹੁੰਚਾਉਣਾ ਉਹ ਵੀ ਪਹੁੰਚਾ ਸਕਦੇ ਹੋ, ਗਾਣਾ ਡੈਡੀਕੇਟ ਕਰ ਸਕਦੇ ਹੋ, ਜਨਮਦਿਨ ਦੀ ਵਿਸ਼ ਕਰ ਸਕਦੇ ਹੋ, ਐਨਵਰਸਰੀ ਦੀ ਵਿਸ਼ ਕਰ ਸਕਦੇ ਹੋ, ਅਤੇ ਕੋਈ ਆਪਦੇ ਦਿਲ ਦੀ ਗੱਲ ਕਰਨਾ ਚਾਹੁੰਦੇ ਹੋ, ਕੋਈ ਆਪਦੀ ਟੈਲੈਂਟ ਵਾਲੀ ਗੱਲ ਕਰਨਾ ਚਾਹੁੰਦੇ ਹੋ, ਨੌਲੇਜ ਵਾਲੀ ਗੱਲ ਕਰਨਾ ਚਾਹੁੰਦੇ ਹੋ, ਉਹ ਵੀ ਕਰ ਸਕਦੇ ਹੋ। ਸੋ ਟੀ ਵੀ ਸਕਰੀਨ 'ਤੇ ਨੰਬਰ ਚੱਲ ਰਿਹਾ 9216192162, ਇਸ ਨੰਬਰ ਨੂੰ ਡਾਇਲ ਕਰਨਾ, ਤੁਸੀਂ ਆਪਣਾ ਨਾਮ ਦੱਸਣਾ ਹੈ, ਸ਼ਹਿਰ ਦਾ ਨਾਮ ਦੱਸਣਾ ਹੈ, ਔਰ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਇਹ ਦੱਸਣਾ, ਠੀਕ ਹੈ। ਔਰ ਟੀ ਵੀ ਦੀ ਆਵਾਜ਼ ਘੱਟ ਰੱਖਣੀ ਹੈ, ਜਦੋਂ ਵੀ ਤੁਸੀਂ ਕਾਲ ਕਰਦੇ ਹੋ, ਕਨੈਕਟ ਹੁੰਦਾ, ਗੱਲ ਕਰਦੇ ਹੋ, ਤਾਂ ਟੀ ਵੀ ਦੀ ਆਵਾਜ਼ ਘੱਟ ਕਰਨੀ ਹੈ। ਔਰ ਸ਼ੁਰੂ 'ਚ ਹੀ ਦੱਸਦਾ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਪ੍ਰਾਈਮ ਯੂਟਿਊਬ 'ਤੇ ਜਾ ਕੇ ਚੈਨਲ ਸਬਸਕ੍ਰਾਈਬ ਕਰ ਲਓ, ਜੇ ਆਪਦੀ ਕਾਲ ਸੁਣਨੀ ਹੈ, ਪ੍ਰੋਗਰਾਮ ਦੁਬਾਰਾ ਦੇਖਣਾ ਹੈ। ਆਓ ਫਿਰ ਵੈਲਕਮ ਕਰਦੇ ਹਾਂ ਫਸਟ ਕਾਲਰ ਦਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਗੱਲ ਕਰ ਰਹੇ ਹੋ? ਸੁਖਵੀਰ ਸਿੰਘ ਗੱਲ ਕਰ ਰਹੇ ਜੀ, ਪਿੰਡ ਸਾਪਰ ਕਲਾਂ ਤੋਂ, ਜ਼ਿਲ੍ਹਾ ਸੰਗਰੂਰ। ਅੱਛਾ ਜੀ, ਸੁਖਵੀਰ ਜੀ, ਕੀ ਹਾਲ ਨੇ? ਠੀਕ ਠਾਕ ਜੀ, ਵਧੀਆ ਜੀ, ਤੁਸੀਂ ਦੱਸੋ, ਹੋਰ ਘਰ ਪਰਿਵਾਰ ਠੀਕ ਹੈ ਜੀ? ਸਭ ਵਧੀਆ ਵਧੀਆ, ਸਭ ਕਿਰਪਾ ਜੀ। ਤੇ ਇਹ ਦੱਸੋ, ਗਾਣਾ ਕਿਹੜੇ ਸਿੰਗਰ ਦਾ ਸੁਣਨਾ ਚਾਹੁੰਦੇ ਹੋ? ਸਤਿੰਦਰ ਸਰਤਾਜ ਦਾ ਸੁਣਾ ਜੀ। ਸਤਿੰਦਰ ਸਰਤਾਜ ਦਾ ਸੁਣਨਾ ਚਾਹੁੰਦੇ ਹੋ, ਜ਼ਰੂਰ ਸੁਣਾਵਾਂਗੇ। ਹੋਰ ਤੁਸੀਂ ਦੱਸੋ ਕੀ ਕਰ ਰਹੇ ਹੋ ਅੱਜ ਕੱਲ੍ਹ ਨਵਾਂ? ਅੱਜ ਕੱਲ੍ਹ ਨਵਾਂ ਸਪਰੇ ਕਰਕੇ ਆਏ ਜੀ, ਸੁੰਡੀ ਪੈ ਰਹੀ ਸੀਗੀ ਝੋਨੇ ਨੂੰ, ਸਪਰੇ ਮਾਰ ਕੇ ਆਇਆ ਨਾਲੇ ਤਾਂ। ਅੱਛਾ ਜੀ, ਸਪਰੇ ਨਾਲ ਕੋਈ ਪਲਾਜਾ ਬਣਾ ਦੇਈਦਾ, ਕੋਈ ਪੈਂਟ ਬਣਾ ਦੇਈਦਾ, ਸਲਾਈ ਦਾ ਕੰਮ ਕਰਦੇ ਆ, ਨਾਲ ਨਾਲ ਖੇਤੀ ਦਾ ਵੀ ਕਰਦੇ ਆ ਜੀ। ਅੱਛਾ ਜੀ, ਕੀ ਬਾਤ ਹੈ, ਮਤਲਬ ਬਿਜ਼ੀ ਰੱਖਦੇ ਹੋ ਤੁਸੀਂ ਜ਼ਿਆਦਾਤਰ ਆਪਣੇ ਆਪ ਨੂੰ? ਬਿਜ਼ੀ ਰੱਖਦੇ ਆ ਆਪਣੇ ਆਪ ਨੂੰ ਜੀ। ਸਭ ਤੋਂ ਜ਼ਿਆਦਾ ਕਿਹੜੇ ਕੰਮ 'ਚ ਮਜ਼ਾ ਆਉਂਦਾ ਬਿਜ਼ੀ ਰਹਿ ਕੇ? ਸਭ ਤੋਂ ਜ਼ਿਆਦਾ ਜੀ, ਸਭ ਤੋਂ ਜ਼ਿਆਦਾ ਮਜ਼ਾ ਆਉਂਦਾ ਗਾ ਸਬਜ਼ੀ ਦੇ ਵਿੱਚ, ਤੋੜਨ ਦੇ ਵਿੱਚ, ਲਾਉਣ ਦੇ ਵਿੱਚ। ਸਪਰੇ ਕਰਕੇ ਫਿਰ ਤੋਰੀਆਂ, ਹੁਣ ਗੋਭੀ ਲਾਉਣੀ ਆ ਜੀ, ਬਾਣ ਤਿਆਰ ਕਰੀ ਜਾਂਦਾ, ਨਾਲੇ ਪਾਰਟ ਟਾਈਮ ਮਤਲਬ ਸਿਲਾਈ ਦਾ ਕਰਦੇ ਆ, ਨਾਲੇ ਖੇਤੀ ਦਾ ਕਰਦੇ। ਕੀ ਬਾਤ ਹੈ, ਚਲੋ ਪਰਮਾਤਮਾ ਤੁਹਾਨੂੰ ਏਦਾਂ ਹੀ ਬਿਜ਼ੀ ਰੱਖੇ ਕੰਮਾਂ ਕਾਰਾਂ 'ਚ, ਤੰਦਰੁਸਤ ਰੱਖੇ, ਕਾਮਯਾਬ ਰਹੇ। ਮਿਹਨਤ ਦੇ ਵਿੱਚ, ਬਿਲਕੁਲ ਬਿਲਕੁਲ, ਮਿਹਨਤ ਦੇ ਵਿੱਚ ਕੋਈ ਹਰਜ਼ ਨਹੀਂ ਆ, ਮਿਹਨਤ ਕਰਦੇ ਰਹੀਏ। ਵੇਲਾ ਨਾ ਛੱਡੋ ਕਦੇ, ਵੇਲਾ ਮਨ ਸੰਤਾਨ ਦਾ ਘਰ ਹੁੰਦਾ ਜੀ। ਜੀ 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 ਜੀ, ਕਿਉਂਕਿ ਜੇ ਵੇਲੇ ਅੱਗੇ ਰੱਖੀਏ ਤਾਂ ਵਧੀਆ ਰਹਿੰਦਾ ਹੈ। ਹਾਂ, ਕੰਮੇ ਲਾਈ ਰੱਖੀਏ ਠੀਕ ਰਹਿੰਦਾ, ਨਹੀਂ ਐਵੇਂ ਇੱਧਰ ਉੱਧਰ ਦੀ ਫਾਲਤੂ ਗੱਲਾਂ ਸੋਚਦਾ ਹੈ ਦਿਮਾਗ। ਉੱਧਰੋਂ ਫਾਲਤੂ ਗੱਲਾਂ, ਐਵੇਂ ਕੀ ਫਾਇਦਾ ਜੀ? ਮਹਾਰਾਜ ਦੀ ਕਿਰਪਾ ਨਾਲ ਸਵੇਰੇ ਉੱਠੀ ਦੀ ਆ ਜੀ। ਜੀ ਜੀ, ਗੁਰੂ ਘਰ ਜਾ ਕੇ ਸ਼ੁਰੂਆਤ ਗੁਰੂ ਘਰ ਤੋਂ ਕਰਦੇ ਆ ਜੀ। ਹਾਂ, ਇਹ ਵੀ ਜ਼ਰੂਰੀ ਹੈ, ਮਹਾਰਾਜ ਦੇ ਦਰਸ਼ਨ ਕਰਕੇ ਉਸ ਤੋਂ ਬਾਅਦ ਆਪਦੇ ਕੰਮ 'ਚ ਬਿਜ਼ੀ ਰਹੀਦਾ। ਜੀ, ਚਲੋ ਏਦਾਂ ਹੀ ਲਾਈਫ ਸੋਹਣੀ ਨਿਕਲ ਜਾਂਦੀ ਹੈ। ਸਲਾਈ ਦਾ ਕੰਮ ਕਰਾਂਗੇ ਜੀ। ਜੀ ਜੀ ਜੀ, ਚਲੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਦਾਂ ਹੀ ਸਭ ਦੀ ਲਾਈਫ ਇੱਦਾਂ ਹੀ ਬਹੁਤ ਵਧੀਆ ਤਰੀਕੇ ਦਾ ਨਿਕਲੇ, ਔਰ ਇੱਦਾਂ ਦੀ ਸੋਚ ਨਾਲ ਹੀ, ਪੋਜ਼ਿਟਿਵ ਸੋਚ ਦੇ ਨਾਲ ਹੀ, ਕਿ ਬਸ ਜਿਸ ਤਰੀਕੇ ਨਾਲ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਸ਼ੁਕਰ ਸ਼ੁਕਰ ਕਰਦੇ ਨਿਕਲ ਜੇ। ਬਾਕੀ ਮਹਿੰਗਾਈ ਦਾ ਯੁੱਗ ਹੈ ਜੀ, ਮਹਿੰਗਾਈ ਦਾ ਟਾਈਮ ਹੈ ਜੀ, ਆਪਾਂ ਕੰਮ ਕਰਾਂਗੇ ਤਾਂ ਖਾਵਾਂਗੇ, ਰੱਜ ਕੇ ਖਾਵਾਂਗੇ। ਬਿਲਕੁਲ ਬਿਲਕੁਲ, ਆਪਦੇ ਘਰ ਪਰਿਵਾਰ ਨੂੰ ਦੇਖ ਪਾਵਾਂਗੇ, ਹਨਾ? ਹਾਂਜੀ, ਸ਼ੁਕਰੀਆ। ਹੋਰ ਤੋਰੀਆਂ ਭੇਜਾਂ ਜੀ ਤੁਹਾਡੇ ਘਰ, ਇੱਕ ਭਿੰਡੀ ਭੇਜਾਂ? ਭਿੰਡੀਆਂ ਭੇਜ ਦਿਓ ਮੈਂ ਕਹਿੰਦਾ। ਅੱਛਾ ਜੀ, ਵਧੀਆ ਕੱਚੀ ਕੱਚੀ ਭਿੰਡੀ ਲਿਆਇਆ ਤੁਹਾਡੇ ਪਾਸ? ਪਤਾ ਕੀ, ਤੋਰੀਆਂ ਤੋਂ ਮੈਂ ਬਚਪਨ ਤੋਂ ਹੀ ਬਾਏ ਬਾਏ ਰੱਖੀ ਆ ਦੂਰੋਂ ਹੀ, ਤੇ ਭਿੰਡੀਆਂ ਨੂੰ ਮੈਂ ਦੂਰੋਂ ਹੀ ਹਾਏ ਹਾਏ ਰੱਖੀ ਆ। ਭਿੰਡੀਆਂ ਤਾਂ ਮੈਂ ਕੱਚੀਆਂ ਵੀ ਖਾ ਜਾਂਦਾ, ਭਿੰਡੀਆਂ ਵੀ ਬਹੁਤ ਵਧੀਆ ਲੈ ਕੇ ਆਇਆ, ਕੱਚੀਆਂ ਕੱਚੀਆਂ ਨੇ। ਅੱਛਾ ਜੀ, ਚਲੋ ਸ਼ੁਕਰੀਆ, ਤੁਸੀਂ ਇੰਨਾ ਪੁੱਛਿਆ, ਇੰਨੇ ਖਿਆਲ ਰੱਖਦੇ ਹੋ, ਧੰਨਵਾਦ ਸੁਖਵੀਰ ਜੀ, ਕਾਲ ਕਰਦੇ ਰਿਹਾ ਕਰੋ, ਪ੍ਰੋਗਰਾਮ ਦੇਖਦੇ ਰਹੋ ਜੀ। ਗਾਣਾ ਰੈਡੀ ਹੈ ਜੀ, ਗਾਣਾ ਇੰਜੋਏ ਕਰਦੇ ਹਾਂ। ਫੋਨ ਕਾ ਫੰਡਾ, ਫੋਨ ਕਾ ਫੰਡਾ।
हेलो फोन का फंडा मेरा गाना चला दो ਵੈਸੇ ਇੱਕ ਗੱਲ ਤਾਂ ਹੈ ਨਾ ਕਿ ਅਸੀਂ ਸਾਰੇ ਇੱਕ ਦੂਜੇ ਨੂੰ ਇੱਕੋ ਗੱਲ ਕਹਿੰਦੇ ਹਾਂ ਕਿ ਆਪਾਂ ਸਾਰੇ ਇੱਕੋ ਆ, ਹੈ ਨਾ, ਇਨਸਾਨ ਹੈ, ਹਿਊਮਨ ਬੀਂਗ ਆ। ਪਰ ਇੱਕ ਗੱਲ ਸੋਚਣ ਵਾਲੀ ਇਹ ਵੀ ਹੈ ਕਿ ਹਰ ਬੰਦੇ ਦਾ ਜ਼ਿੰਦਗੀ ਜੀਣ ਦਾ ਤਰੀਕਾ ਔਰ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਡਿਫਰੈਂਟ ਹੁੰਦਾ ਹੈ। ਕਿਸੇ ਦਾ ਵੀ ਕਦੀ ਸੇਮ ਨਹੀਂ ਹੋ ਸਕਦਾ ਐਗਜੈਕਟ, 19-19 ਦਾ ਵੀ ਫਰਕ ਹੁੰਦਾ ਹੀ ਹੁੰਦਾ ਹੁੰਦਾ, ਕਿਸੇ ਦਾ ਨਹੀਂ ਹੋ ਸਕਦਾ। ਸੋ ਹਰ ਬੰਦੇ ਦਾ ਖੁਸ਼ ਰਹਿਣ ਦਾ ਵੀ ਤਰੀਕਾ ਅਲੱਗ ਹੈ। ਕਿਸੇ ਨੂੰ ਕਿਸੇ ਚੀਜ਼ ਤੋਂ ਖੁਸ਼ੀ ਮਿਲ ਰਹੀ ਹੈ, ਕਿਸੇ ਨੂੰ ਕਿਸੇ ਚੀਜ਼ ਤੋਂ ਮਿਲ ਰਹੀ ਹੈ, ਤੁਹਾਨੂੰ ਕਿਸ ਚੀਜ਼ ਤੋਂ ਖੁਸ਼ੀ ਮਿਲਦੀ ਹੈ, ਤੁਸੀਂ ਇਹ ਦੱਸੋ। ਫਿਲਹਾਲ ਨੈਕਸਟ ਕਾਲਰ ਰੈਡੀ, ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਜੀ? ਮੈਂ ਸਰਪੰਚ ਜੀ 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 ਸ਼ੁਕਰ ਹੈ, ਰੈਗੂਲਰ ਹੋ ਗਏ ਹੋ ਫਿਰ। ਹਾਂ, ਪਿੱਛੇ ਜੀ ਗੈਪ ਲੰਬਾ ਹੀ ਹੋ ਗਿਆ ਸੀ, ਕਾਫੀ ਜ਼ਿਆਦਾ ਲੰਬਾ ਹੋ ਗਿਆ ਸੀ ਗੈਪ। ਹਾਂਜੀ ਹਾਂਜੀ, ਤੇ ਵੈਲਕਮ ਹੈ ਜੀ। ਗਾਣਾ ਕਿਹੜੇ ਸਿੰਗਰ ਦਾ ਸੁਣੋਗੇ? ਆਪਣੀ ਮਰਜ਼ੀ ਦਾ ਸੁਣਾ ਦੇਵਾਂਗੇ, ਜ਼ਰੂਰ ਸੁਣਾਵਾਂਗੇ। ਬੰਦੇ ਨੂੰ ਖੁਸ਼ੀਆਂ ਮਿਲਦੀਆਂ, ਬੰਦਾ ਖੁਸ਼ੀਆਂ ਲੱਭਦਾ। ਤੇ ਵੈਸੇ ਇੱਕ ਹੁੰਦੀ ਹੈ ਆਪਣੀ ਰੂਹ ਨੂੰ ਖੁਸ਼ੀ ਮਿਲਣੀ, ਹੈ ਨਾ, ਅੰਦਰੂਨੀ ਚੈਨ ਮਿਲਣਾ। ਜੇ ਮੈਂ ਤੁਹਾਡੇ ਤੋਂ ਜਾਣਾ ਤਾਂ ਤੁਸੀਂ ਕਿਸ ਕੰਮ ਤੋਂ ਤੁਹਾਨੂੰ ਖੁਸ਼ੀ ਮਿਲਦੀ ਹੈ? ਦੇਖੋ, ਜਿਹੜਾ ਕੰਮ ਆਪਾਂ ਫੜ ਲਿਆ ਤੇ ਜਿਸਨੂੰ ਕੰਮ ਹੋ ਜਾਂਦੀ ਖੁਸ਼ੀ ਮਿਲ ਜਾਂਦੀ ਹੈ। ਇੱਕ ਤਾਂ ਹੁਣ ਟੈਨਸ਼ਨ ਦਾ ਹੀ ਨਹੀਂ ਕਰਦੀ, ਜਦੋਂ ਕਿਸੇ ਦੀ ਪੈਨਸ਼ਨ ਲੱਗ ਕੇ ਆ ਜਾਂਦੀ ਉਹ ਮੈਨੂੰ ਆਣ ਕੇ ਦਿਖਾਉਂਦਾ ਕਾਰਡ ਕਿ ਆ ਦੇਖੋ ਮੇਰੀ ਪੈਨਸ਼ਨ ਲੱਗ ਗਈ ਆ। ਤੁਹਾਨੂੰ ਸਮਾਜ ਭਲਾਈ ਦੇ ਕੰਮਾਂ ਤੋਂ ਖੁਸ਼ੀ ਮਿਲਦੀ ਹੈ। ਮੈਂ ਇੱਥੇ ਇੱਕ ਲਫ਼ਜ਼ ਯੂਜ਼ ਕਰਨਾ ਚਾਹੁੰਦਾ, ਇੱਕ ਵਰਡ ਯੂਜ਼ ਕਰਨਾ ਚਾਹੁੰਦਾ, ਸੈਲਫਿਸ਼। ਕਿ ਆਪਾਂ ਜੇ ਇਸ ਤਰੀਕੇ ਨਾਲ ਗੱਲ ਕਰੀਏ ਕਿ ਅਸੀਂ ਆਪਦੀ ਖੁਸ਼ੀ ਹੀ ਦੇਖਣੀ ਹੈ ਬਸ, ਮਤਲਬ ਇੱਕ ਅੱਛੇ ਵੇ ਦੇ ਨਾਲ, ਕਿਸੇ ਦਾ ਬੁਰਾ ਕਰਕੇ ਨਹੀਂ, ਵੀ ਸਾਨੂੰ ਆਪਦੇ ਸੈਲਫ ਜਿਹੜੀ ਖੁਸ਼ੀ ਹੈ ਇਹ ਕਿੱਥੋਂ ਮਿਲਦੀ ਹੈ? ਜੇ ਆਪਾਂ ਸੈਲਫਿਸ਼ ਹੋ ਜਾਈਏ, ਆਪਦੀ ਖੁਸ਼ੀ ਦੇਖੀਏ, ਤਾਂ ਉਹ ਮੈਂ ਪੁੱਛਣਾ ਚਾਹੁੰਦਾ ਸੀ। ਸੋ ਤੁਹਾਨੂੰ ਇਹਨਾਂ ਕੰਮਾਂ 'ਚ ਹੀ ਜ਼ਿਆਦਾ ਵਧੀਆ ਲੱਗਦਾ ਹੈ? ਇਹ ਤਾਂ ਹੋ ਗਿਆ ਨਾ ਕਿ ਸਮਾਜ ਲਈ ਸੋਚਣਾ। ਜੇ ਮੈਂ ਆਪਣੇ ਸੈਲਫਿਸ਼ ਮੈਂ ਵਰਡ ਤਾਂ ਹੀ ਯੂਜ਼ ਕੀਤਾ, ਜੇ ਤੁਸੀਂ ਆਪਣੇ ਲਈ ਸੋਚੋ ਸਿਰਫ ਖੁਦ ਦੇ ਲਈ, ਤਾਂ ਉਹ ਕਿਹੜੀ ਚੀਜ਼ ਹੋਏਗੀ? ਕਿਉਂਕਿ ਗੱਲ ਆਪਾਂ ਹੁਣੇ ਇਹ ਕੀਤੀ ਕਿ ਹਰ ਬੰਦੇ ਦਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਅਲੱਗ ਹੈ। ਹਰ ਇੱਕ ਨੂੰ, ਹੈ ਨਾ, ਆਪਦਾ ਆਪਦੇ ਹਰ ਇੱਕ ਦੀ ਸੋਚ ਆਪਣੇ ਤਰੀਕੇ ਦੀ ਹੈ। ਸੋ ਤੁਸੀਂ ਕੀ ਸੋਚਦੇ ਹੋ? ਸੋ ਇਹਨਾਂ ਦਾ ਇਹ ਮੰਨਣਾ ਹੈ ਕਿ ਜਿਹੜੀ ਸੈਲਫ ਆਪਣੀ ਸੈਲਫਿਸ਼, ਜੇ ਆਪਾਂ ਕਹਿ ਦਈਏ ਕਿ ਥੋੜ੍ਹੀ ਦੇਰ ਲਈ ਆਪਾਂ ਆਪਣੇ ਲਈ ਸੈਲਫਿਸ਼ ਹੋ ਜਾਈਏ, ਆਪਣੇ ਆਪ ਨੂੰ ਖੁਸ਼ ਰੱਖਣ ਲਈ, ਤਾਂ ਉਹ ਕਹਿੰਦੇ ਇਹ ਖੁਸ਼ੀ, ਉਹ ਖੁਸ਼ੀ ਨਹੀਂ ਹੁੰਦੀ। ਤੁਹਾਡਾ ਕੀ ਨਜ਼ਰੀਆ, ਤੁਹਾਡਾ ਕੀ ਸੋਚਣਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਚੀਜ਼ 'ਤੇ? ਉਹਦੇ ਲਈ ਫੋਨ ਚੁੱਕਣਾ ਪੈਣਾ ਜਿਹੜਾ ਚਾਰਜ 'ਤੇ ਲੱਗਿਆ ਹੋਇਆ ਜਾਂ ਜੇਬ ਦੇ ਵਿੱਚ ਆ ਜਾਂ ਸਾਈਡ 'ਤੇ ਪਿਆ, ਉਹਨੂੰ ਚੁੱਕੋ, 9161 9162 ਇਹ ਡਾਇਲ ਕਰ ਦਿਓ ਅਤੇ ਦੱਸੋ। ਫਿਲਹਾਲ ਗਾਣਾ ਇੰਜੋਏ ਕਰਦੇ ਹਾਂ। ਮੇਰਾ ਗਾਣਾ ਚਲਾ ਦਿਓ। ਆਓ ਫਿਰ ਗੱਲ ਕਰਦੇ ਹਾਂ ਜਿਨ੍ਹਾਂ ਨੇ ਕਾਲ ਕੀਤਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਗੱਲ ਕਰ ਰਹੇ ਹੋ? ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਜੋੜਾ ਬਗਿਆੜੀ, ਤੇ ਨਾਮ ਕੁਲਦੀਪ ਕੌਰ।
ਅੱਛਾ ਜੀ, ਕੁਲਦੀਪ ਕੌਰ ਜੀ ਸਵਾਗਤ ਹੈ ਤੁਹਾਡਾ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਸਿੱਧੂ ਮੂਸੇਵਾਲੇ ਦਾ। ਸਿੱਧੂ ਮੂਸੇਵਾਲੇ ਦਾ ਸੁਣਨਾ, ਜ਼ਰੂਰ ਸੁਣਾਵਾਂਗੇ। ਪਹਿਲਾਂ ਵੀ ਕਾਲ ਕੀਤਾ ਹੈ ਤੁਸੀਂ ਕਿ ਪਹਿਲੀ ਵਾਰ ਕਰ ਰਹੇ ਹੋ? ਬਹੁਤ ਵਾਰੀ ਟ੍ਰਾਈ ਕੀਤਾ। ਅੱਛਾ, ਟ੍ਰਾਈ ਕੀਤਾ। ਮੈਂ ਗੱਲ ਇਹ ਕਰ ਰਿਹਾ ਕਿ ਪਹਿਲਾਂ ਆਪਣੀ ਗੱਲ ਹੋਈ ਹੈ ਕਿ ਅੱਜ ਪਹਿਲੀ ਵਾਰੀ ਹੋ ਰਹੀ ਹੈ? ਨਹੀਂ ਨਹੀਂ ਪਹਿਲੀ ਵਾਰੀ ਹੋਈ ਹੈ। ਪਹਿਲੀ ਵਾਰੀ ਹੋ ਰਹੀ ਹੈ, ਚਲੋ ਅੱਛਾ ਲੱਗਿਆ ਸਾਨੂੰ। ਔਰ ਕਦੋਂ ਤੋਂ ਦੇਖ ਰਹੇ ਹੋ ਪ੍ਰੋਗਰਾਮ ਤੁਸੀਂ? ਇਹ ਤਾਂ ਤੁਹਾਨੂੰ ਬਹੁਤ ਚਿਰ ਹੋ ਗਿਆ, 3-4 ਸਾਲ। 3-4 ਸਾਲ ਹੋ ਗਏ ਨੇ ਤੇ ਇੰਨੇ ਟਾਈਮ ਤੋਂ ਕਾਲ ਲੱਗੇ ਹੀ ਨਹੀਂ ਕਦੀ ਤੁਹਾਡਾ? ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ, ਬੱਸ ਨਾ ਕਿਹਾ ਕਰੋ ਇਹਨੂੰ, ਤੁਸੀਂ ਆਪੇ ਸੋਚ ਲੋ। ਬੱਸ ਕਹਿਣ ਵਾਲੀ ਗੱਲ ਹੈਗੀ ਆ ਵੈਸੇ? ਤੁਸੀਂ ਇਹ ਦੇਖੋ ਕਿ ਕਿੰਨੀ ਵੱਡੀ ਗੱਲ ਹੈ ਕਿ ਸਾਡੇ ਵਰਗੇ ਛੋਟੇ ਛੋਟੇ ਕੰਮਾਂ ਕਰਕੇ ਵੀ ਅਸੀਂ ਉਹਨਾਂ ਛੋਟੇ ਕੰਮਾਂ ਨੂੰ ਐਂ ਦੱਸਦੇ ਹਾਂ ਕਿ ਅਸੀਂ ਆਹ ਕਰਨਾ ਆਹ ਕਰਨਾ, ਔਰ ਤੁਸੀਂ ਸਾਰਾ ਕੁਛ ਕਰਨਾ ਹੁੰਦਾ, ਤੁਸੀਂ ਉਸ ਚੀਜ਼ ਨੂੰ ਤਾਂ ਵੀ ਬੱਸ ਕਹਿ ਰਹੇ ਹੋ ਕਿ ਬੱਸ ਹਾਊਸ ਵਾਈਫ ਹੀ ਆ। ਮੈਨੂੰ ਇਹ ਦੱਸੋ ਕਿ ਅੱਜ ਜਿਵੇਂ ਖੁਸ਼ੀ ਹੋਈ ਆ ਤੁਹਾਨੂੰ ਤੁਹਾਡੀ ਕਾਲ ਲੱਗੀ ਹੈ, ਇਸ ਤੋਂ ਇਲਾਵਾ ਜਦੋਂ ਕਾਲ ਨਹੀਂ ਲੱਗਦੀ ਹੀ ਤਾਂ ਉਦੋਂ ਫਿਰ ਖੁਸ਼ੀ ਕਿਸ ਚੀਜ਼ ਤੋਂ ਜ਼ਿਆਦਾ ਮਿਲਦੀ ਹੈ ਤੁਹਾਨੂੰ? ਕੀ ਕਰਨਾ ਪਸੰਦ ਕਰਦੇ ਹੋ ਜ਼ਿਆਦਾਤਰ? ਖੁਸ਼ੀ ਮਿਲਦੀ ਹੈ ਕਿਸੇ ਕੰਮ ਤੋਂ ਜਾਂ ਕਿਸੇ ਹੋਰ ਚੀਜ਼ ਤੋਂ? ਕਿਸ ਚੀਜ਼ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਤੁਹਾਨੂੰ? ਕੀ ਕਰਨਾ ਪਸੰਦ ਹੈ ਜ਼ਿਆਦਾ? ਖੁਸ਼ੀ ਤਾਂ ਸਾਨੂੰ ਆਪਣੇ ਖੁਸ਼ੀ ਦੀ ਫੇਰ ਹੀ ਵੱਧਦੀ ਆ, ਅਸੀਂ ਕਿਸੇ ਨੂੰ ਵੰਡੀਏ ਤਾਂ ਲਾਈਫ ਦੇ ਵਿੱਚ ਚਾਹੇ 2 ਮਿੰਟ ਲਈ ਸਹੀ, ਚਾਹੇ 3 ਮਿੰਟ ਲਈ ਸਹੀ, ਥੋੜੀ ਦੇਰ ਲਈ ਸਹੀ, ਖੁਸ਼ੀ ਤਾਂ ਆਈ, ਹੱਸਿਆ ਤਾਂ। ਹੁਣ ਮੇਰਾ ਫੋਨ ਲੱਗਿਆ, ਮੈਂ ਸਾਰਿਆਂ ਨੂੰ ਦੱਸਣ ਆਇਆ, ਮੈਨੂੰ ਉਸ ਤੋਂ ਵੀ ਵੱਧ ਖੁਸ਼ੀ ਹੋਣੀ ਆ। ਔਰ ਤੁਸੀਂ ਉਸ ਤੋਂ ਜ਼ਿਆਦਾ ਖੁਸ਼ ਇਹ ਹੋ ਸਕਦੇ ਹੋ, ਉਹਦੇ 'ਚ ਮੈਂ ਡਬਲ ਖੁਸ਼ੀ ਹੋਰ ਟ੍ਰਿਪਲ ਕਰ ਦਿੰਦਾ ਕਿ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਯੂਟਿਊਬ ਤੇ ਚੈਨਲ ਸਬਸਕ੍ਰਾਈਬ ਕਰੋ, ਉੱਥੇ ਦੁਬਾਰਾ ਪ੍ਰੋਗਰਾਮ ਦੇਖਿਓ, ਫਿਰ ਤੁਸੀਂ ਉਹਨੂੰ ਡਾਊਨਲੋਡ ਕਰਕੇ ਆਪਦੇ ਮੋਬਾਈਲ ਦੇ ਵਿੱਚ ਸਟੇਟਸ ਵੀ ਪਾ ਸਕਦੇ ਹੋ। ਦੁਨੀਆ ਫੈਨ ਹੈ ਉਹਨਾਂ ਦੀ, ਉਹਨਾਂ ਦੇ ਗਾਣਿਆਂ ਦੀ ਦੁਨੀਆ ਫੈਨ ਹੈ ਇਸ ਟਾਈਮ। ਔਰ ਸ਼ੁਕਰੀਆ ਕਾਲ ਕਰਨ ਲਈ ਕੁਲਦੀਪ ਜੀ, ਧੰਨਵਾਦ। ਕਾਲ ਕਰਦੇ ਰਹੋ, ਪ੍ਰੋਗਰਾਮ ਦੇਖਦੇ ਰਹੋ, ਜੁੜੇ ਰਹੋ, ਬਸ ਇਹ ਕਹਿਣਾ ਚਾਹੁੰਦਾ। ਔਰ ਖੁਸ਼ ਰਹੋ ਇਹ ਵੀ ਕਹਿਣਾ ਚਾਹੁੰਦਾ। ਗਾਣਾ ਰੈਡੀ ਹੈ, ਫਿਰ ਆਓ ਇੰਜੋਏ ਕਰਦੇ ਹਾਂ। ਮੇਰਾ ਗਾਣਾ ਚਲਾ ਦਿਓ। ਕਾਲਰ ਰੈਡੀ, ਗੱਲ ਕਰਦੇ ਹਾਂ। ਹੈਲੋ, ਉੱਠਣਾ ਭਲਾ ਸਵੇਰ ਦਾ। ਅੱਛਾ ਜੀ, ਉੱਠਣਾ ਭਲਾ ਸਵੇਰ ਦਾ, ਜੇ ਕੋਈ ਜਾਗੇ ਨਿੱਤ, ਇੱਕ ਤਾਂ ਵਾਧੀ ਹਾਰਜੂ ਤੇ ਦੂਜਾ ਖੁਸ਼ ਰਹਿੰਦਾ ਚੇਤ। ਆਹਾ,
ਆਪ ਜੀ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਇਕਬਾਲ ਸਿੰਘ, ਮੇਨ ਬਾਜ਼ਾਰ ਹਦੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ। ਰਿਦਮ ਜੀ, ਸਭ ਤੋਂ ਪਹਿਲਾਂ 22 ਸਤੰਬਰ ਦਿਨ ਐਤਵਾਰ ਜੀ ਅੰਤਰਰਾਸ਼ਟਰੀ ਧੀ ਦਿਵਸ ਜੀ, ਕਹਿੰਦੇ ਬੱਚੇ ਬੂਟਿਆਂ ਵਰਗੇ ਹੁੰਦੇ ਨੇ, ਖਾਦ ਨਸ਼ੇ ਦੀ ਪਾਈ ਦੀ, ਖਾਨਦਾਨ ਦਾ ਨਾਂ ਚਮਕੇ, ਧੀ ਵੱਧ ਤੋਂ ਵੱਧ ਪੜ੍ਹਾਈ, ਬੇਟੀ ਬਚਾਓ ਤੇ ਬੇਟੀ ਪੜ੍ਹਾਓ, ਔਰਤਾਂ ਦਾ ਸਤਿਕਾਰ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਵੀ ਆਉਂਦਾ, ਆਪਾਂ ਸੁਣਿਆ, ਸੋ ਕਿਉਂ ਮੰਦਾ ਆਖੀਏ ਜਿੱਤ ਜਾ ਮੇਰੇ ਨਾਲ। ਇਹਦੇ ਨਾਲ ਨਾਲ ਹੀ ਇੱਕ ਖੁਸ਼ੀ ਹੋਰ ਸਾਂਝੀ ਕਰਨਾ ਚਾਹੁੰਦਾ ਜੀ ਮੈਂ, ਬੜੀ ਖੁਸ਼ੀ ਦੀ ਗੱਲ ਆ। ਸਾਡੇ ਪਿੰਡ ਦੇ ਨੌਜਵਾਨੀ ਉੱਦਮਾਂ ਨੌਜਵਾਨਾਂ ਨੇ ਉੱਦਮ ਕੀਤਾ, ਅਸੀਂ ਨਾ ਸਾਈਕਲ ਰੈਲੀ ਕੀਤੀ, ਸਾਈਕਲ ਚਲਾਇਆ ਜੀ ਕੱਲ ਅਸੀਂ, ਮਤਲਬ ਉਹਦੇ ਵਿੱਚ ਦੇਖੋ ਤੁਸੀਂ IPS ਅਫਸਰ ਵੀ ਸੀ ਸਾਡੇ ਪਿੰਡ ਦੇ ਗੁਰਪ੍ਰੀਤ ਸਿੰਘ, ਹੋਰ ਬਹੁਤ ਸਾਰੇ ਟੀਚਰ ਸੀਗੇ ਤੇ ਬਹੁਤ ਸਾਰੇ ਕਾਲਜ ਦੇ ਪ੍ਰਿੰਸੀਪਲ ਸੀ, ਸਕੂਲ ਦੇ ਪ੍ਰਿੰਸੀਪਲ ਸਾਹਿਬ ਸੀ, ਔਰ ਸਾਡੀ ਨੌਜਵਾਨੀ ਔਰ ਬੱਚੇ ਸਕੂਲਾਂ ਦੇ ਬੱਚੇ। ਉਹਦਾ ਕੰਸੈਪਟ ਇਹ ਸੀ ਸਾਈਕਲ ਰੈਲੀ ਜਿਹੜੀ ਅਸੀਂ ਸਭ ਤੋਂ ਪਹਿਲਾਂ ਦੀਵਾਨਾ ਪਿੰਡ ਤੋਂ ਸ਼ੁਰੂ ਕਰਕੇ ਦੀਵਾਨੇ ਤੋਂ ਗਏ ਜੀ ਅਸੀਂ ਛੀਮਿਆਲ, ਛੀਮਿਆਲ ਤੋਂ ਸਦੌਲ, ਸਦੌਲ ਤੋਂ ਹਟੂਰ, ਇਸੇ ਤਰ੍ਹਾਂ ਹੀ ਫੇਰ ਵਾਪਸ ਗਏ ਜੀ। ਕਿੰਨੇ ਕੇ ਵੈਸੇ ਹੋਰ ਸੀਗਾ ਵੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਜੀ, ਜਿੱਥੇ ਮਤਲਬ ਨੌਜਵਾਨ ਸਵੇਰੇ ਉੱਠਣਗੇ ਗਰਾਊਂਡਾਂ ਦੇ ਵਿੱਚ ਜਾਣ, ਖੇਡਾਂ ਦੀ ਵੀ ਅਸੀਂ ਕਹਿੰਦੇ ਪ੍ਰੈਕਟਿਸ ਕਰਨ, ਉਹ ਸਾਈਕਲ ਦੇ ਨਾਲ ਜੁੜਨਗੇ, ਸਾਈਕਲਿੰਗ ਕਰਨਗੇ, ਦੇਖੋ ਪ੍ਰਦੂਸ਼ਣ ਦੀ ਵੀ ਬੱਚਤ ਹੋਊਗੀ, ਲੋਕਲ ਅਸੀਂ ਸਾਈਕਲ ਚਲਾ ਸਕਦੇ ਹਾਂ ਹਨਾ ਜੀ, ਤੇ ਫਿਰ ਉਹਦੇ ਨਾਲ ਪ੍ਰਦੂਸ਼ਣ ਜਿੱਥੇ ਰੁਕੂਗਾ ਤੇ ਨੌਜਵਾਨ ਰੈਸਟ ਕੁਆਟਰ ਰਹੂਗਾ। ਪਲਾਂਟੇਸ਼ਨ ਵੀ ਕਰਨ ਦੀ ਸਲਾਹ ਦਿੱਤੀ, ਔਰ ਕਿਤਾਬਾਂ ਪੜ੍ਹਨ ਦੀ ਵੀ ਸਲਾਹ ਦਿੱਤੀ, ਔਰ ਇਹ ਵੀ ਸਲਾਹ ਦਿੱਤੀ ਗਈ ਉੱਥੇ ਜਿਹੜੇ ਬੁਲਾਰੇ ਸੀ ਬੋਲੇ ਵੀ ਫਾਲਤੂ ਜਿਹੜੇ ਸਾਡੇ ਖਰਚੇ ਆ ਉਹਨਾਂ ਨੂੰ ਘਟਾਓ, ਸਾਦੇ ਵਿਆਹ ਸਾਦੇ ਭੋਗ ਹਨਾ, ਤੇ ਕਿਤਾਬਾਂ ਦੇ ਨਾਲ ਜੁੜਨ, ਨੌਜਵਾਨ ਕਿਤਾਬ ਪੜ੍ਹੂਗਾ, ਰੈਸਟ ਕੁਆਟਰ ਰਹੂਗਾ, ਉਹਨੂੰ ਪਤਾ ਲੱਗੂਗਾ ਨਸ਼ਿਆਂ ਤੋਂ ਵੀ ਦੂਰ ਰਹੂਗਾ। ਇਹ ਇਹ ਸਾਡੀ ਰੈਲੀ ਦਾ ਮੁੱਖ ਸੁਨੇਹਾ ਸੀ। ਕੀ ਬਾਤ ਹੈ, ਕੀ ਬਾਤ ਹੈ। ਔਰ ਮੈਂ ਤੇ ਬਹੁਤ ਸਾਰੇ ਨੌਜਵਾਨਾਂ ਨੇ ਸਾਈਕਲ ਰੈਲੀ ਕੀਤੀ, ਔਰ ਇਹ ਪਰਨ ਵੀ ਕੀਤਾ, ਕਿਤਾਬਾਂ ਪੜ੍ਹਨ ਦਾ ਵੀ ਪਰਨ ਕੀਤਾ, ਬੱਚੇ ਵੀ ਸੀ ਖੁਸ਼ ਵੀ ਬਹੁਤ ਸੀ। ਮਾਪਿਆਂ ਨੂੰ ਇਹੀ ਸੁਨੇਹਾ ਵੀ ਬੱਚਿਆਂ ਨੂੰ ਸਾਈਕਲ ਦੇ ਨਾਲ ਵੀ ਜੋੜਨ, ਕਿਉਂਕਿ ਰੈਸਟ ਪੋਟ ਰਹਿਣਗੇ, ਖੇਤਾਂ 'ਚ ਕੋਈ ਰੋਟੀ ਲੈ ਕੇ ਜਾਂਦਾ, ਕੋਈ ਆਪਣੀ ਦੁਕਾਨ ਤੱਕ ਆਉਂਦਾ, ਜੇ ਉਹ ਸਾਈਕਲ ਚਲਾਊਗਾ ਉੱਥੇ ਪੈਟਰੋਲ ਦੀ ਬੱਚਤ ਹੋਊਗੀ, ਪੈਸੇ ਦੀ ਵੀ ਬੱਚਤ ਹੋਊਗੀ ਹਨਾ। ਸੁਨੇਹੇ ਵੇਲੇ ਮੈਂ ਕਹਿੰਦਾ ਨੌਜਵਾਨ ਸਾਡਾ ਜਾਗਰੂਕ ਹੋ ਰਿਹਾ ਜੀ, ਹੋ ਰਿਹਾ ਜੀ, ਹੋ ਰਿਹਾ, ਹੋ ਰਿਹਾ। ਇਹਨਾਂ ਚੀਜ਼ਾਂ ਦੀ ਵਜ੍ਹਾ ਕਰਕੇ ਹੀ ਹੋ ਰਿਹਾ ਕਿ ਜੇ ਆਪਾਂ ਇਦਾਂ ਦੇ ਹਨਾ ਪ੍ਰੋਗਰਾਮ ਉਲੀਕਦੇ ਆ। ਹੁਣ ਤੁਸੀਂ ਆਪ ਦੱਸ ਰਹੇ ਹੋ ਨਾ ਕਿ ਆਪ ਦੇ ਵੱਲੋਂ ਹੀ ਕੁਝ ਪਿੰਡ ਦੇ ਨੌਜਵਾਨ ਉੱਦਮੀਆਂ ਨੇ ਇਹ ਉੱਦਮ ਕੀਤਾ ਕਿ ਉਹਨਾਂ ਨੇ ਇਹ ਚੀਜ਼ ਉਲੀਕੀ ਹਨਾ, ਇਹ ਚੀਜ਼ ਬਿਲਕੁਲ ਸਾਰਾ ਸਿਹਰਾ ਦੀਵਾਨਿਆਂ ਪਿੰਡ ਦੀ ਕਲੱਬ ਨੇ, ਅਠੂਰ ਪਿੰਡ ਦੀ ਕਲੱਬ ਨੇ ਰਲ ਕੇ ਇਹ ਕੀਤਾ ਜੀ। ਅੱਛੀ ਗੱਲ ਹੈ, ਉਹ ਸਾਨੂੰ ਰਲ ਮਿਲ ਕੇ ਰੈਸਟੋਰੈਂਟ ਵੀ ਦਿੱਤੀ ਉਹਨਾਂ ਨੂੰ ਜੀ, ਬਾਅਦ ਚ ਪ੍ਰਸ਼ਾਦਾ ਪਾਣੀ ਵੀ ਛਕਾਇਆ ਗਿਆ, ਜੰਗਲ ਵੀ ਲਾਇਆ ਗਿਆ, ਦਰਖਤ ਬੂਟੇ ਵੀ ਲਗਾਏ ਗਏ। ਕੀ ਬਾਤ ਹੈ, ਇਹਨਾਂ ਚੀਜ਼ਾਂ 'ਚ ਇਨਵੈਸਟ ਕਰਨਾ ਚਾਹੀਦਾ ਸਾਨੂੰ, ਰਾਦਰ ਦੈਨ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਿੰਪਲ ਸਾਦਾ ਸ਼ਾਦੀਆਂ ਹੋਣੀਆਂ ਚਾਹੀਦੀਆਂ, ਸਾਦੇ ਭੋਗ ਵੀ। ਅਸੀਂ ਬਹੁਤ ਚੀਜ਼ਾਂ ਬਹੁਤ ਜਗ੍ਹਾ ਤੇ ਫਾਲਤੂ ਖਰਚੇ ਕਰ ਵੀ ਦਿੰਦੇ ਹਾਂ ਵੀ ਜਿਹਦਾ ਕੋਈ ਮਤਲਬ ਹੁੰਦਾ ਵੀ ਨਹੀਂ ਆ, ਔਰ ਜਿੱਥੇ ਜ਼ਰੂਰਤ ਹੁੰਦੀ ਆ ਉੱਥੇ ਅਸੀਂ ਕਰਨ ਤੋਂ ਕਿਤੇ ਨਾ ਕਿਤੇ ਹਿਚਕਦੇ ਹਾਂ ਕਿ ਇੱਥੇ ਨਹੀਂ, ਉੱਥੇ ਕਰਨਾ ਚਾਹੀਦਾ ਜਿੱਥੇ ਜ਼ਰੂਰਤ ਹੈ, ਔਰ ਐਸੀਆਂ ਜਗ੍ਹਾਵਾਂ 'ਤੇ ਜ਼ਰੂਰਤ ਹੈ, ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ, ਜੁੜਨਾ ਚਾਹੀਦਾ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਕੁਛ ਸੰਦੇਸ਼ ਦੇ ਪਾਈਏ, ਔਰ ਅੱਜ ਦੇ ਲੋਕਾਂ 'ਚ ਵੀ ਕੋਈ ਜਾਗਰੂਕਤਾ ਪੈਦਾ ਕਰ ਪਾਈਏ। ਜੀ 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 ਜੁੜੋ, ਜੁੜੋ ਕਿਤਾਬਾਂ ਦੇ ਨਾਲ, ਜੁੜੋ ਖੇਡਾਂ ਦੇ ਨਾਲ, ਚੰਗਾ ਸਾਹਿਤ ਪੜ੍ਹੋ, ਹਾਂ, ਗਰੋ ਮੋਰ ਬੂਟੇ, ਦਰਖਤ ਲਗਾਓ, ਦਰਖਤ ਲਾਓ। ਸ਼ੁਕਰੀਆ, ਮਿਹਰਬਾਨੀ, ਧੰਨਵਾਦ, ਔਰ ਸਾਨੂੰ ਵੀ ਓਨੀ ਖੁਸ਼ੀ ਮਿਲੀ,
ਔਰ ਸਾਰੀ ਵਧਾਈ ਦੇ ਪਾਤਰ ਹੋ ਤੁਸੀਂ ਜੇ ਜਿੰਨੇ ਵੀ ਇੱਦਾਂ ਦੇ ਉਪਰਾਲੇ ਕਰ ਰਹੇ ਹੋ, ਚਾਹੇ ਸਮਾਜ ਭਲਾਈ ਦੇ ਕੰਮਾਂ ਦੀ ਖਾਤਰ ਕਰ ਰਹੇ ਹੋ, ਚਾਹੇ ਇਨਸਾਨੀਅਤ ਦੀ ਖਾਤਰ ਕਰ ਰਹੇ ਹੋ, ਚਾਹੇ ਕੁਦਰਤ ਦੀ ਖਾਤਰ ਕਰ ਰਹੇ ਹੋ, ਕਿਸੇ ਤਰੀਕੇ ਨਾਲ ਵੀ ਕਰ ਰਹੇ ਹੋ, ਬਸ ਇਹਨਾਂ ਚੀਜ਼ਾਂ ਨਾਲ ਜੋੜੇ ਹੋ ਤਾਂ ਤੁਹਾਨੂੰ ਮੁਬਾਰਕਾਂ। ਆਓ ਗਾਣਾ ਰੈਡੀ ਤੁਹਾਡੇ ਸਭ ਲਈ, ਇੰਜੋਏ ਕਰਦੇ ਹਾਂ। ਹੈਲੋ, ਫੋਨ ਕਾ ਫੰਡਾ, ਮੇਰਾ ਗਾਣਾ ਚਲਾ ਦਿਓ। ਫੋਨ ਕਾ ਫੰਡਾ, ਫੋਨ ਕਾ ਫੰਡਾ। ਵੈਲਕਮ ਬੈਕ, ਬ੍ਰੇਕ ਤੋਂ ਬਾਅਦ ਫਿਰ ਤੋਂ ਪ੍ਰੋਗਰਾਮ ਫੋਨ ਕਾ ਫੰਡਾ 'ਚ ਤੁਹਾਡਾ ਸਵਾਗਤ। ਗੱਲ ਕਰਦੇ ਹਾਂ ਜੀ ਕਾਲਰ ਨਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਗੱਲ ਕਰਦੇ ਹੋ? ਅਸੀਂ ਧੂਰੇ ਤੋਂ। ਸੰਗਰੂਰ ਡਿਸਟ੍ਰਿਕਟ, ਸੰਗਰੂਰ ਜ਼ਿਲ੍ਹੇ ਤੋਂ। ਨਾਮ ਕੀ ਹੈ ਤੁਹਾਡਾ? ਹਰਜੋਤ ਸਿੰਘ ਬਾਵਾ। ਫਿਰ ਤੋਂ ਦੱਸੋ, ਇੱਕ ਵਾਰੀ ਹੋਰ ਦੱਸੋ। ਹਰਜੋਤ ਸਿੰਘ ਬਾਵਾ। ਹਰਜੋਤ ਸਿੰਘ ਬਾਵਾ ਜਾਂ ਸਰਜੋਤ ਸਿੰਘ ਬਾਵਾ? ਹਰਜੋਤ ਸਿੰਘ ਬਾਵਾ। ਹਰਜੋਤ ਸਿੰਘ ਬਾਵਾ, ਸਵਾਗਤ ਹੈ ਹਰਜੋਤ। ਕੀ ਹਾਲ ਨੇ ਤੁਹਾਡੇ? ਵਧੀਆ ਵਧੀਆ, ਬਹੁਤ ਵਧੀਆ। ਦੇਖੋ ਤੁਹਾਡੇ ਸਾਹਮਣੇ, ਤੇ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਆਰਨੇਟ। ਆਰਨੇਟ ਦਾ। ਕਿੰਨਵੀਂ ਕਲਾਸ 'ਚ ਪੜ੍ਹਦੇ ਹੋ? ਸਿਕਸਥ ਕਲਾਸ। ਫਿਫਥ ਕਲਾਸ 'ਚ। ਪੰਜਾਬੀ 'ਚ ਦੱਸੋ ਕਿੰਨਵੀਂ ਕਲਾਸ 'ਚ ਪੜ੍ਹਦੇ ਹੋ? ਛੇਵੀਂ 'ਚ। ਹੁਣ ਬਣੀ ਨਾ ਗੱਲ, ਸਭ ਨੂੰ ਸਮਝ ਆ ਗਈ ਹੋਣੀ ਹੁਣ, ਹੈਨਾ? ਤੇ ਮੈਨੂੰ ਇਹ ਦੱਸੋ ਹਰਜੋਤ, ਪ੍ਰੋਗਰਾਮ ਕਦੋਂ ਤੋਂ ਦੇਖਦੇ ਹੋ ਸਾਡਾ? ਸ਼ੁਰੂ ਤੋਂ ਹੀ। ਹਾਂਜੀ। ਬਾਬਾ ਟਾਈਮ ਹੋ ਗਿਆ ਕਿ ਅੱਜ ਅੱਜ ਹੀ ਦੇਖਿਆ ਜਾਂ ਹੁਣੇ ਹੁਣੇ ਸ਼ੁਰੂ ਕੀਤਾ ਹੈ? ਬਹੁਤ ਟਾਈਮ ਹੋ ਗਿਆ। ਤੇ ਮੈਨੂੰ ਹਰਜੋਤ ਤੁਸੀਂ ਦੱਸੋ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਕਰਨਾ ਪਸੰਦ ਹੈ, ਜਿਸ ਚੀਜ਼ ਤੋਂ ਤੁਹਾਨੂੰ ਖੁਸ਼ੀ ਮਿਲਦੀ ਹੈ? ਖੇਡਣੀ। ਕੀ ਖੇਡਦੇ ਹੋ ਜ਼ਿਆਦਾ? ਕ੍ਰਿਕਟ ਖੇਡਦੇ ਹੋ? ਹੈ, ਫਿਰ ਤਾਂ ਦੇਖਦੇ ਵੀ ਹੋਵੋਗੇ। ਹਾਂਜੀ। ਕਿਹੜੇ ਪਲੇਅਰ ਤੁਹਾਡੇ ਫੇਵਰਿਟ ਨੇ? ਰੋਨਾਲਡੋ। ਹੈ, ਧੋਨੀ। ਰੋਨਾਲਡੋ? ਰੋਨਾਲਡੋ ਕ੍ਰਿਕਟ ਕਦੋਂ ਤੋਂ ਖੇਡ ਰਹੇ ਨੇ? ਫੁੱਟਬਾਲ। ਅੱਛਾ, ਹੁਣ ਤੁਸੀਂ ਦੇਖ ਲਓ ਚੇਂਜ ਕਰਦਾ ਹੁਣ, ਉਹ ਤਾਂ ਫੁੱਟਬਾਲ ਖੇਡਦੇ ਨੇ ਨਾ। ਕ੍ਰਿਕਟ ਦੇ ਵਿੱਚ ਕਿਹੜੇ ਅੱਛੇ ਲੱਗਦੇ ਨੇ ਪਲੇਅਰ, ਇਹ ਦੱਸੋ। ਧੋਨੀ, ਮਹਿੰਦਰ ਸਿੰਘ ਧੋਨੀ। ਹੈ, ਤੇ ਤੁਸੀਂ ਕੀ ਕਰਦੇ ਹੋ, ਬੈਟਿੰਗ ਕਰਦੇ ਹੋ ਕਿ ਬੋਲਿੰਗ ਕਰਦੇ ਹੋ ਕਿ ਦੋਵੇਂ ਚੀਜ਼ਾਂ ਕਰਦੇ ਹੋ? ਦੋਵੇਂ ਹੀ ਕਰਦੇ ਹੋ। ਆਲਰਾਊਂਡਰ ਹੋ ਹੈ ਤੁਸੀਂ, ਤੇ ਅੱਗੇ ਪਲੇਅਰ ਬਣਨਾ ਚਾਹੁੰਦੇ ਹੋ ਕਿ ਵੱਡੇ ਹੋ ਕੇ ਕੁਛ ਹੋਰ ਬਣਨਾ ਚਾਹੁੰਦੇ ਹੋ? ਸਿੰਗਰ। ਸਿੰਗਰ ਬਣਨਾ ਹੈ? ਉਹ ਵਾਹ, ਫਿਰ ਅੱਜ ਇੱਥੇ ਹੀ ਹੋ ਜੇ ਹਰਜੋਤ, ਪਹਿਲੀ ਸ਼ੁਰੂਆਤ ਇੱਥੋਂ ਹੀ ਹੋ ਰਹੀ ਅੱਜ, ਹੈਨਾ? ਕਿਹੜਾ ਗਾਣਾ ਸੁਣਾਓਗੇ ਅੱਜ ਫਿਰ ਦੱਸੋ? ਆਰਨੇਟ ਦਾ ਹੀ ਸੁਣਾਓ ਫਿਰ, ਇੱਕ ਲਾਈਨ ਸੁਣਾ ਦਿਓ ਫਟਾਫਟ ਜਲਦੀ। ਤੁਸੀਂ ਵੀ ਤਾਂ ਸਿੰਗਰ ਬਣਨਾ। ਚਲੋ, ਥੈਂਕ ਯੂ। ਮੈਂ ਕਿਹਾ ਤੁਸੀਂ ਵੀ ਸਿੰਗਰ ਬਣਨਾ ਹੈ ਨਾ, ਅਗਲੀ ਵਾਰੀ ਗਾਣਾ ਪ੍ਰਿਪੇਅਰ ਕਰਕੇ ਰੱਖਿਓ ਔਰ ਕਾਲ ਕਰਕੇ ਸਾਨੂੰ ਸੁਣਾਉਣਾ ਹੈ, ਠੀਕ ਹੈ? ਥੈਂਕ ਯੂ ਸੋ ਮਚ ਅੱਜ ਲਈ ਕਾਲ ਕਰਨ ਲਈ। ਔਰ ਗਾਣਾ ਸੁਣਨਾ ਚਾਹੁੰਦੇ ਹਾਂ ਹਰਜੋਤ, ਆਰਨੇਟ ਬਾਈ ਦਾ ਸੁਣਦੇ ਹਾਂ ਫਿਰ। ਫੋਨ ਕਾ ਫੰਡਾ, ਫੋਨ ਕਾ ਫੰਡਾ। ਹੈਲੋ, ਫੋਨ ਕਾ ਫੰਡਾ, ਫੋਨ ਕਾ ਫੰਡਾ, ਮੇਰਾ ਗਾਣਾ ਚਲਾ ਦਿਓ। ਹਾਂ ਹਾਂ।
ਕਾਲ ਕਰਨਾ ਹੈ ਤਾਂ ਸੋਚਣਾ ਨਹੀਂ ਹੈ, ਕਾਲ ਕਰਨਾ ਹੈ। ਜੇ ਸੋਚਦੇ ਰਹੇ ਤਾਂ ਟਾਈਮ ਹੋ ਜਾਣਾ, ਟਾਈਮ ਨਿਕਲ ਜਾਣਾ, 3 ਵੱਜ ਜਾਣੇ ਆ, ਫਿਰ ਬਾਏ ਬਾਏ ਕਹਿਣ ਦਾ ਟਾਈਮ ਹੋ ਜਾਣਾ। ਆਓ ਜਿਨ੍ਹਾਂ ਨੇ ਕਾਲ ਕੀਤਾ ਉਹਨਾਂ ਨਾਲ ਗੱਲ ਕਰ ਲਈਏ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਜੀ ਅਸੀਂ ਕਰਨਾਲ ਤੋਂ ਗੱਲ ਕਰਾਂਗੇ। ਕਰਨਾਲ ਤੋਂ? ਹੈਲੋ, ਹੈਲੋ, ਕਰਨਾਲ ਤੋਂ ਗੱਲ ਕਰਦੇ ਹੋ? ਹਾਂਜੀ। ਨਾਮ ਕੀ ਹੈ ਤੁਹਾਡਾ? ਜੋਬਨ ਸਿੰਘ। ਜੋਬਨ ਸਿੰਘ, ਵੈਲਕਮ ਹੈ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਮੇਰੇ ਖਿਆਲ ਕਾਲ ਡਿਸਕਨੈਕਟ ਹੋ ਗਿਆ। ਸੋ ਪਿਆਰੇ ਸੱਜਣੋ, ਜੇ ਕਾਲ ਕਰਦੇ ਹੋ ਤਾਂ ਪਲੀਜ਼ ਬੇਨਤੀ ਹੈ, ਹੱਥ ਬੰਨ ਕੇ ਬੇਨਤੀ ਹੈ, ਸਬਰ ਰੱਖਿਆ ਕਰੋ, ਗੱਲ ਕਰਿਆ ਕਰੋ ਯਾਰ, ਟੀਵੀ ਵਾਲੇ ਪਾਸੇ ਧਿਆਨ ਹਟਾਇਆ ਕਰੋ, ਆਵਾਜ਼ ਘੱਟ ਰੱਖੋਗੇ ਤਾਂ ਡਿਸਟਰਬੈਂਸ ਨਹੀਂ ਹੋਏਗੀ। ਇਹੀ ਰੀਜ਼ਨ ਹੈ ਇਹ ਕਹਿਣ ਦਾ ਕਿ ਟੀਵੀ ਦੀ ਆਵਾਜ਼ ਤੁਸੀਂ ਘੱਟ ਰੱਖਣੀ ਹੈ ਜਦੋਂ ਤੁਹਾਡਾ ਕਾਲ ਲੱਗਦਾ, ਸਪੈਸ਼ਲੀ ਉਸ ਟਾਈਮ। ਹਾਂ, ਅਤੇ ਹੁਣ ਮੈਂ ਕਹਿ ਰਿਹਾ ਸੀ ਸੋਚਦੇ ਰਹੇ ਤਾਂ ਸੋਚਦੇ ਰਹਿ ਜਾਓਗੇ, ਸੋਚਣਾ ਨਹੀਂ ਹੈ, ਬਸ ਮੋਬਾਈਲ ਫੋਨ ਚੱਕ ਲਓ। ਨਹੀਂ ਤਾਂ ਕਈਆਂ ਦੇ ਤੁਸੀਂ ਹੁਣ ਵੀ ਸੁਣਿਆ ਕਿ 3-3, 4-4 ਸਾਲ ਤੋਂ ਪ੍ਰੋਗਰਾਮ ਦੇਖ ਰਹੇ ਨੇ, ਪਰ ਕੀ ਹੁੰਦਾ ਕਿ ਕਾਲ ਕਦੇ ਟਰਾਈ ਨਹੀਂ ਕੀਤਾ ਅਤੇ ਕਾਲ ਗੱਲ ਨਹੀਂ ਹੋਈ। ਅੱਜ ਕੀਤਾ, ਕਾਫੀ ਸਮੇਂ ਬਾਅਦ ਔਰ ਗੱਲ ਹੋਈ ਹੈ, ਅਤੇ ਦੇਖਦੇ ਹਾਂ ਫਿਰ ਨੈਕਸਟ ਕਾਲਰ ਜੇ ਕੋਈ ਜੁੜਦੇ ਨੇ ਤਾਂ ਗੱਲ ਕਰਕੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ, ਅਸੀਂ ਗੜਬੀ ਵਾਲਾ ਤੋਂ ਕਰ ਰਹੇ ਹਾਂ ਜੀ, ਵਰਿੰਦਰ ਸਿੰਘ ਨਾਮ ਜੀ ਮੇਰਾ। ਵਰਿੰਦਰ ਸਿੰਘ ਨਾਮ ਹੈ ਤੁਹਾਡਾ, ਵਰਿੰਦਰ ਸਵਾਗਤ ਹੈ ਤੁਹਾਡਾ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਸਿੱਧੂ ਮੂਸੇਵਾਲਾ ਜੀ। ਸਿੱਧੂ ਮੂਸੇਵਾਲਾ ਬਾਈ ਦਾ ਸੁਣਨਾ ਚਾਹੁੰਦੇ ਹੋ? ਹਾਂਜੀ ਹਾਂਜੀ, ਜ਼ਰੂਰ ਸੁਣਾਵਾਂਗੇ। ਵਰਿੰਦਰ ਕਰਦੇ ਕੀ ਹੋ? ਹਾਂਜੀ, ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ। ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਹੋ? ਹਾਂਜੀ ਹਾਂਜੀ। ਫੁੱਲ ਟਾਈਮ ਜੌਬ ਹੈ, ਪਾਰਟ ਟਾਈਮ ਜੌਬ ਹੈ, ਜਾਂ ਕਿਸ ਤਰ੍ਹਾਂ? ਫਾਦਰ ਦੇ ਨਾਲ। ਫਾਦਰ ਦੇ ਨਾਲ। ਫਾਦਰ ਦੇ ਨਾਲ, ਤੁਹਾਡਾ ਆਪਦਾ ਹੀ ਕੰਮ ਕਰ ਹੈ ਕੋਈ? ਹਾਂਜੀ ਹਾਂਜੀ, ਆਪਦਾ ਹੀ ਕੰਮ ਕਰ ਹੈ। ਚਲੋ, ਅੱਛੀ ਗੱਲ ਹੈ। ਤੇ ਇਲੈਕਟ੍ਰੋਨਿਕਸ ਚੀਜ਼ਾਂ ਦੀ ਸੇਲ ਹੈ, ਪਰਚੇਸ ਦਾ ਕੰਮ ਹੈ, ਜਾਂ ਫਿਰ? ਨੌਲੇਜ ਦੇ ਨਾਲ ਹੀ ਹੋ ਸਕਦੀ ਹੈ। ਤੇ ਸਭ ਤੋਂ ਮੇਨ ਚੀਜ਼ ਕਿਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਜਦੋਂ ਆਪਾਂ ਬਿਜਲੀ ਦਾ ਕੰਮ ਕਰਦੇ ਹਾਂ ਕੋਈ? ਹਾਂਜੀ, ਵਾਇਰਿੰਗ ਵਗੈਰਾ, ਆਪਣੀ ਐਮਸੀ ਵਗੈਰਾ ਹੋਏ। ਨਹੀਂ, ਪਹਿਲਾ ਰੂਲ ਕੀ ਕਹਿੰਦਾ ਕਿ ਜਦੋਂ ਆਪਾਂ ਕੋਈ ਇੱਦਾਂ ਦਾ ਇਲੈਕਟ੍ਰੀਕਲ ਕੰਮ ਕਰ ਰਹੇ ਹਾਂ ਤਾਂ ਉਸ ਟਾਈਮ ਸਾਨੂੰ ਕਿਹੜੀਆਂ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਕੁਛ ਸਾਡੇ ਵਰਗੇ ਹੁੰਦੇ ਆ ਜਿਹੜੇ ਘਰਾਂ 'ਚ ਵੀ ਛੋਟੇ ਛੋਟੇ ਇੱਦਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ, ਘਰਾਂ ਦੇ ਵਿੱਚ ਕੋਈ ਘਰ ਦੀ ਕੋਈ ਚੀਜ਼ ਸਹੀ ਕਰਨੀ ਹੈ ਜਾਂ ਕੋਈ ਪਲੱਗ ਸਹੀ ਕਰਨਾ ਹੈ, ਕੋਈ ਵਾਇਰ ਸੈੱਟ ਕਰਨੀ ਹੈ, ਤਾਂ ਉਦੋਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਖਾਸ ਤੌਰ 'ਤੇ? ਉਸ ਟਾਈਮ ਜਿੱਦਾਂ ਕਿ ਨਿਊਟਰਲ ਫੇਸ ਹੁੰਦਾ ਹੈਗਾ, ਕਈਆਂ ਨੂੰ ਨਹੀਂ ਪਤਾ ਹੁੰਦਾ ਉਹਦੇ ਬਾਰੇ। ਹਾਂਜੀ ਹਾਂਜੀ, ਇਹਨਾਂ ਨੂੰ ਇਹ ਵੀ ਦੱਸੋ, ਇੱਕ ਲਾਲ ਤਾਰ ਹੁੰਦੀ ਹੈ, ਇੱਕ ਕਾਲੀ ਤਾਰ ਹੁੰਦੀ ਹੈ, ਉਸ 'ਚ ਨਿਊਟਰਲ ਕਿਹੜੀ ਹੁੰਦੀ ਹੈ ਤੇ ਡਾਇਰੈਕਟ ਕਿਹੜੀ ਹੁੰਦੀ ਹੈ? ਜਿਹੜੀ ਕਾਲੀ ਹੁੰਦੀ ਹੈ, ਨਿਊਟਰਲ ਹੁੰਦੀ, ਠੰਡੀ ਤਾਰ ਹੁੰਦੀ ਹੈ ਉਹ। ਹਾਂ, ਇਹਨੂੰ ਹੱਥ ਲਾ ਲਈਏ ਕੁਝ ਹੋ ਜਾਊਗਾ? ਚੱਪਲ ਵਗੈਰਾ ਪ੍ਰੋਪਰ ਵੀਅਰ ਕਰੋ, ਨੰਗੇ ਪੈਰੀ ਕਦੀ ਇਹਨਾਂ ਚੀਜ਼ਾਂ ਨੂੰ ਉਹ ਨਾ ਕਰੋ। ਜੇ ਕਦੀ ਕੋਈ ਯੂਜ ਕਰ ਰਹੇ ਹੋ ਤਾਂ ਪਹਿਲਾਂ ਟੈਸਟਰ ਦੇ ਨਾਲ ਟੈਸਟ ਜ਼ਰੂਰ ਕਰੋ ਕਿ ਕਿੱਥੇ ਜ਼ਿਆਦਾ ਅਰਥ ਹੈਗਾ, ਕਿੱਥੇ ਨਹੀਂ ਹੈਗਾ। ਔਰ ਪਲਾਸ ਵਗੈਰਾ ਪ੍ਰੋਪਰ ਜਿਹੜੇ ਰਬੜ ਦੇ ਗਰਿੱਪ ਵਾਲੇ ਨੇ ਉਹ ਯੂਜ਼ ਕਰੋ। ਥੈਂਕ ਯੂ ਸੋ ਮੱਚ ਕਾਲ ਕਰਨ ਲਈ ਜੀ।
ਬਹੁਤ ਬਹੁਤ ਧੰਨਵਾਦ। ਹੈਲੋ, ਚਲੇ ਗਏ ਮੇਰੇ ਖਿਆਲ ਬਾਈ ਜੀ, ਚਲੋ ਕੋਈ ਗੱਲ ਨਹੀਂ, ਗਾਣਾ ਜ਼ਰੂਰ ਸੁਣਾਇਆ ਜਾਏਗਾ ਬਾਈ ਸਿੱਧੂ ਮੂਸੇਵਾਲਾ ਦਾ, ਇੰਜੋਏ ਕਰਦੇ ਹਾਂ। ਫੋਨ ਕਾ ਫੰਡਾ, ਫੋਨ ਕਾ ਫੰਡਾ, ਹੈਲੋ, ਫੋਨ ਕਾ ਫੰਡਾ, ਫੋਨ ਕਾ ਫੰਡਾ, ਮੇਰਾ ਗਾਣਾ ਚਲਾ ਦਿਓ। ਗੱਲ ਕਰਦੇ ਆ ਕਾਲਰ ਨਾਲ। ਹੈਲੋ, ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਬਾਈ ਜੀ, ਕਿੱਥੋਂ ਗੱਲ ਕਰ ਰਹੇ ਹੋ? ਮੈਂ ਜੀ ਪਿੰਡ ਸਰੇਂਦਰ ਜੱਟਾ ਜੀ, ਘਨੌਰ ਬਲਾਕ ਤੋਂ ਜੀ, ਪਟਿਆਲੇ ਜ਼ਿਲ੍ਹੇ ਤੋਂ ਜੀ। ਅੱਛਾ ਜੀ, ਨਾਮ ਕੀ ਹੈ ਤੁਹਾਡਾ? ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ, ਸਵਾਗਤ ਹੈ ਜੀ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਜੀ ਤੁਸੀਂ? ਗਾਣਾ ਸੁਣਨਾ ਬਾਈ ਆਪਾਂ ਨੇ ਜੀ ਕੌਰਵੀ ਦਾ ਜੀ। ਕੌਰਵੀ ਦਾ ਸੁਣਨਾ ਚਾਹੁੰਦੇ, ਜ਼ਰੂਰ ਸੁਣਾਵਾਂਗੇ। ਤੇ ਸੁਰਿੰਦਰ ਬਾਈ, ਇਹ ਦੱਸੋ ਤੁਸੀਂ ਕਰਦੇ ਕੀ ਹੋ? ਆਪਣਾ ਜੀ ਬਾਈ ਕੰਮ ਖੇਤੀਬਾੜੀ ਦਾ ਜੀ। ਖੇਤੀਬਾੜੀ ਦਾ ਕੰਮ ਹੈ, ਕਿਸਾਨੀ ਕਿੱਤੇ ਦੇ ਨਾਲ ਜੁੜੇ ਹੋਏ ਹੋ, ਤੇ ਇਹ ਦੱਸੋ ਮੈਨੂੰ ਕਿ ਅੱਜ ਆਪਾਂ ਗੱਲ ਖੁਸ਼ੀ ਦੇ ਉੱਪਰ ਛੇੜੀ ਹੋਈ ਹੈ ਕਿ ਇਨਸਾਨ ਹਮੇਸ਼ਾ ਖੁਸ਼ੀਆਂ ਲੱਭਦਾ ਹੈ, ਪਰ ਜੇ ਆਪਦੀ ਸੈਲਫ ਖੁਸ਼ੀ ਦੀ ਗੱਲ ਕਰੀਏ, ਆਪਣੇ ਆਪ ਨੂੰ ਖੁਸ਼ੀ ਫੀਲ ਕਰਨ ਦੀ ਗੱਲ ਕਰੀਏ, ਤਾਂ ਉਹ ਕਿਹੜੀ ਚੀਜ਼ ਹੈ ਜੋ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ? ਕਿਹੜਾ ਕੰਮ ਹੈ, ਕੋਈ ਇਨਸਾਨ ਹੋ ਸਕਦਾ ਜਿਸ ਤੋਂ ਖੁਸ਼ੀ ਮਿਲਦੀ ਹੈ, ਕੋਈ ਕੰਮ ਹੋ ਸਕਦਾ, ਕੋਈ ਚੀਜ਼ ਹੋ ਸਕਦੀ ਹੈ, ਕੋਈ ਘੁੰਮਣ ਫਿਰਨ ਵਾਲੀ ਗੱਲ ਹੋ ਸਕਦੀ ਹੈ, ਤੁਹਾਨੂੰ ਕਿਸ ਚੀਜ਼ ਤੋਂ ਖੁਸ਼ੀ ਮਿਲਦੀ ਹੈ? ਹਾਂਜੀ ਹਾਂਜੀ, ਦੇਖੋ ਜੀ, ਖੁਸ਼ੀ ਤਾਂ ਜੀ ਦੇਖੋ ਆਪਾਂ ਨੂੰ ਪਹਿਲਾ ਨੰਬਰ ਤਾਂ ਜੀ ਤੁਹਾਨੂੰ ਦੱਸ ਦਈਏ ਕਿਸਾਨੀ, ਉਹਦੇ ਨਾਲ ਦੱਸ ਦਈਏ ਕਿ ਜਿਹੜੀ ਖੁਸ਼ੀ ਹੈ ਨਾ ਜੀ ਆਪਾਂ ਨੂੰ, ਦੇਖੋ ਆਪਣਾ ਕੋਈ ਚਾਹੇ ਘਰੇਲੂ ਕੰਮ ਹੈ ਜੀ, ਜੇ ਆਪਾਂ ਨੂੰ ਖੁਸ਼ ਹੋ ਕੇ ਕਰਾਂਗੇ ਉਹਦੇ ਨਾਲ ਆਪਾਂ ਨੂੰ ਖੁਸ਼ੀ ਵੀ ਮਿਲਦੀ ਹੈ ਜੀ, ਆਪਾਂ ਜੇ ਆਪਣਾ ਕੰਮ ਨੂੰ ਖੁਸ਼ ਹੋ ਕੇ ਕਰਾਂਗੇ ਜੀ, ਕੰਮ ਵੀ ਵਧੀਆ ਹੋ ਜਾਂਦਾ ਉਸ ਚੀਜ਼ ਨਾਲ। ਹਾਂਜੀ, ਕੰਮ ਵੀ ਵਧੀਆ ਹੋ ਜਾਂਦਾ ਜੀ, ਬਾਕੀ ਆਪਾਂ ਨੂੰ ਦੇਖੋ ਜੀ ਤੁਹਾਨੂੰ ਦੱਸ ਦਈਏ ਜੀ ਆਪਾਂ ਨੂੰ ਖੁਸ਼ੀ ਮਿਲਦੀ ਹੈ ਜੀ, ਦੇਖ ਆਪਾਂ ਜੇ ਕਿਸੇ ਦਾ ਦੂਜੇ ਦਾ ਕੰਮ ਦੇਖ ਕੇ ਜੀ ਆਪਾਂ ਨੂੰ ਪੂਰੀ ਖੁਸ਼ੀ ਮਿਲਦੀ ਹੈ, ਕੋਈ ਕੋਈ ਜਗ੍ਹਾ ਬਣਾਉਂਦਾ, ਕੋਈ ਚੀਜ਼ ਲੈਂਦਾ ਜੀ, ਸਾਨੂੰ ਉਹਦੇ ਚ ਪੂਰੀ ਖੁਸ਼ੀ ਮਿਲਦੀ ਹੈ ਜੀ। ਦੂਜਿਆਂ ਦੀ ਖੁਸ਼ੀ ਚ ਵੀ ਆਪਦੀ ਖੁਸ਼ੀ ਲੱਭਣੀ ਚਾਹੀਦੀ ਹੈ, ਔਰ ਆਪ ਵੀ ਖੁਸ਼ ਹੋਣਾ ਚਾਹੀਦਾ। ਹਾਂਜੀ ਹਾਂਜੀ, ਹਾਂਜੀ, ਜੇ ਦੂਜਿਆਂ ਦੀ ਖੁਸ਼ੀ ਹੋਏਗੀ ਜਦੋਂ ਆਪਣੀ ਖੁਸ਼ੀ ਹੋਏਗੀ, ਅਸੀਂ ਦੇਖ ਕੇ ਜੀ ਹਰੇਕ ਦੇ ਕੰਮ ਨੂੰ ਦੇਖ ਕੇ ਖੁਸ਼ ਹੁੰਦੇ ਜੀ। ਬਿਲਕੁਲ ਬਿਲਕੁਲ, ਕਿ ਜੇ ਤੁਸੀਂ ਅੱਜ ਕਿਸੇ ਦੀ ਖੁਸ਼ੀ ਚ ਸ਼ਾਮਿਲ ਹੋ ਰਹੇ ਹੋ, ਤਾਂ ਕੱਲ ਨੂੰ ਕੋਈ ਤੁਹਾਡੀ ਖੁਸ਼ੀ ਚ ਸ਼ਾਮਿਲ ਹੋਏਗਾ। ਜੇ ਐਵੇਂ ਆਪਾਂ ਕਿਸੇ ਨੂੰ ਵਾਧਾ ਦੇ ਕੇ ਸੜੀ ਜਾਵਾਂਗੇ ਜਾਂ ਇਹ ਸੋਚਾਂਗੇ ਯਾਰ ਇਹ ਅੱਗੇ ਨਿਕਲ ਗਿਆ ਮੈਂ ਰਹਿ ਗਿਆ, ਤਾਂ ਫਿਰ ਅਸੀਂ ਸੋਚਦੇ ਹੀ ਰਹਿ ਜਾਣਾ। ਅਗਲਾ ਬੰਦਾ ਖੁਸ਼ ਹੈ ਉਹਦੇ ਨਾਲ ਉਹਦੀ ਖੁਸ਼ੀ ਚ ਸ਼ਾਮਿਲ ਹੋਵੋ, ਦੇਖੋ ਤੁਹਾਨੂੰ ਵੀ ਕਿੰਨੀ ਖੁਸ਼ੀ ਮਿਲਦੀ ਹੈ, ਔਰ ਤੁਹਾਨੂੰ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਯਾਰ ਵਾਹ ਕਿਆ ਬਾਤ ਹੈ, ਇੰਨੀ ਖੁਸ਼ੀ ਮੈਂ ਵੀ ਫੀਲ ਕਰ ਸਕਦਾ, ਪਰ ਮੈਨੂੰ ਇਹ ਚੀਜ਼ ਕਰਨੀ ਪਏਗੀ, ਫਿਰ ਉਦੋਂ ਹੱਲਾ ਸ਼ੇਰੀ ਮਿਲਦੀ ਹੈ। ਸ਼ੁਕਰੀਆ ਜੀ ਸੁਰਿੰਦਰ ਜੀ, ਕਾਲ ਕਰਨ ਲਈ ਧੰਨਵਾਦ, ਕਾਲ ਕਰਦੇ ਰਿਹਾ ਕਰੋ। ਔਰ ਅੱਛੀ ਗੱਲ ਇਹਨਾਂ ਨੇ ਇਹ ਕਹੀ ਹੈ ਕਿ ਕੋਈ ਵੀ ਕੰਮ ਕਰਨਾ ਹੈ ਖੁਸ਼ ਹੋ ਕੇ ਕਰੋ, ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਕੋਈ ਵੀ ਚੀਜ਼ ਦਾ ਟੈਨਸ਼ਨ ਲਿੱਤਿਆ ਤਾਂ ਉਹ ਹੱਲ ਹੋ ਨਹੀਂ ਜਾਣੀ, ਰਾਈਟ, ਤਾਂ ਖੁਸ਼ ਹੋ ਕੇ ਕਰਾਂਗੇ ਉਸ ਚੀਜ਼ ਨੂੰ ਤਾਂ ਉਹ ਵਧੀਆ ਹੋ ਜਾਏਗੀ, ਜੇ ਐਵੇਂ ਸੜੇ ਮੱਥੇ ਕਰਾਂਗੇ ਤਾਂ ਫਿਰ ਹੋ ਤਾਂ ਜਾਣੀ ਹੈ ਪਰ ਉਸ ਤਰੀਕੇ ਨਾਲ ਵਧੀਆ ਨਹੀਂ ਹੋਣੀ, ਡਿਪੈਂਡਸ ਪੋਨ ਯੂ, ਤੁਹਾਡੇ 'ਤੇ ਨਿਰਭਰ ਕਰਦਾ ਹੈ। ਗਾਣਾ ਰੇਡੀ, ਗਾਣਾ ਇੰਜੋਏ ਕਰਦੇ ਹਾਂ। ਫੋਨ ਕਾ ਫੰਡਾ, ਫੋਨ ਕਾ ਫੰਡਾ, ਹੈਲੋ, ਫੋਨ ਕਾ ਫੰਡਾ, ਫੋਨ ਕਾ ਫੰਡਾ, ਮੇਰਾ ਗਾਣਾ ਚਲਾ ਦਿਓ। ਇਸ ਦੇ ਨਾਲ ਹੀ ਸਾਡੇ ਕੋਲ ਪ੍ਰੀਤ ਜੀ ਦਾ ਅੰਬਾਲੇ ਤੋਂ ਕਾਲ ਪਹੁੰਚਿਆ।
ਬਲਜੀਤ ਕੌਰ ਜੀ ਦਾ ਜਲੰਧਰ ਤੋਂ ਕਾਲ ਪਹੁੰਚਿਆ, ਪਰ ਟੈਕਨੀਕਲ ਫਾਲਟ, ਨੈਟਵਰਕ ਇਸ਼ੂ, ਗੱਲ ਨਹੀਂ ਹੋ ਪਾਈ ਸਾਡੀ, ਮੈਸੇਜ ਸਾਡੇ ਕੋਲ ਉਹਨਾਂ ਦਾ ਪਹੁੰਚ ਗਿਆ। ਸੋ ਤੁਸੀਂ ਕਾਲ ਕੀਤਾ, ਧੰਨਵਾਦ, ਕੋਸ਼ਿਸ਼ ਕੀਤੀ ਹੈ ਉਹਦੇ ਲਈ ਧੰਨਵਾਦ ਹੈ। ਜੇ ਤੁਸੀਂ ਵੀ ਟਰਾਈ ਕਰ ਰਹੇ ਹੋ ਤਾਂ ਐਟਲੀਸਟ ਟਰਾਈ ਤਾਂ ਕਰੋ ਯਾਰ, ਟਰਾਈ ਕਰਨ 'ਚ ਕੀ ਹਰਜ਼ ਹੈ, ਲੱਗੂਗਾ ਤਾਂ ਹੈ ਹੀ ਨਾ। ਅਤੇ ਆਓ ਗੱਲ ਕਰਦੇ ਹਾਂ ਜੀ, ਇਹਨਾਂ ਦਾ ਕਾਲ ਲੱਗ ਗਿਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਨਾਮ ਹੈ, ਕਿੱਥੋਂ ਗੱਲ ਕਰ ਰਹੇ ਹੋ? ਮੈਂ ਰਜਿੰਦਰ ਸਿੰਘ ਬੋਲ ਰਿਹਾ ਜੀ, ਮੋਹਾਲੀ ਤੋਂ। ਹਾਂਜੀ ਰਜਿੰਦਰ ਜੀ, ਕੀ ਹਾਲ ਨੇ? ਬਸ ਠੀਕ ਹੈ ਜੀ। ਠੀਕ ਠਾਕ ਹੋ? ਹਾਂਜੀ। ਗਾਣਾ ਕਿਹੜੇ ਸਿੰਗਰ ਦਾ ਸੁਣਾਈਏ ਅੱਜ? ਗਾਣਾ ਤੁਹਾਡੀ ਮਰਜ਼ੀ ਦਾ ਸਰ। ਗਾਣਾ ਸਾਡੀ ਮਰਜ਼ੀ ਦਾ, ਅੱਛਾ ਜੀ, ਚਲੋ ਕੋਈ ਤਾਂ ਹੈ ਜੋ ਸਾਡਾ ਵੀ ਧਿਆਨ ਰੱਖਦਾ। ਨਹੀਂ ਸਰ, ਨਹੀਂ, ਅਸੀਂ ਤਾਂ ਹਮੇਸ਼ਾ ਤੁਹਾਡਾ ਧਿਆਨ ਰੱਖਦੇ ਹਾਂ। ਸ਼ੁਕਰੀਆ ਜੀ, ਸ਼ੁਕਰੀਆ, ਕਿਉਂਕਿ ਧਿਆਨ 'ਚ ਰੱਖਦੇ ਹੋ ਤਾਂ ਹੀ ਤਾਂ ਤੁਸੀਂ ਪ੍ਰੋਗਰਾਮ ਦੇਖਦੇ ਹੋ ਔਰ ਕਾਲ ਕਰਦੇ ਹੋ, ਇਹਦੇ ਲਈ ਧੰਨਵਾਦ ਹੈ। ਤੇ ਰਜਿੰਦਰ ਜੀ, ਅੱਜ ਖੁਸ਼ੀ ਦੇ ਉੱਪਰ ਗੱਲ ਚੱਲ ਰਹੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਖੁਸ਼ੀ ਦਾ ਦੇਖੋ ਜੀ, ਖੁਸ਼ੀ ਤਾਂ ਇਹ ਹੈਗੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਜੀ ਕਿਸੇ ਨੂੰ ਉਹਦੇ ਲੋੜ ਮੁਤਾਬਕ ਗਏ, ਸਮਝ ਲਓ ਕਿ ਕਿਸੇ ਨੂੰ ਤੁਸੀਂ ਉਹਦੀ ਮਦਦ ਕਰਦੇ ਹੋ, ਜਿੱਥੇ ਉਹਦੀ ਕੋਈ ਮਦਦ ਨਹੀਂ ਕਰਦਾ ਉੱਥੇ ਤੁਸੀਂ ਉਹਦੀ ਮਦਦ ਕਰਦੇ ਹੋ, ਔਰ ਤੁਹਾਨੂੰ ਬੜੀ ਤੁਹਾਨੂੰ ਤੇ ਖੁਸ਼ੀ ਮਿਲਣੀ ਮਿਲਣੀ ਹੈ, ਜੋ ਬੰਦੇ ਦੂਜੇ ਬੰਦੇ ਨੂੰ ਵੀ ਖੁਸ਼ੀ ਮਿਲਦੀ ਹੈ ਜਿਹਦੀ ਤੁਸੀਂ ਮਦਦ ਕਰਦੇ ਹੋ। ਜੀ 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 ਜੀ, ਜਿਵੇਂ ਮੈਂ ਹੁਣੇ ਤੁਹਾਨੂੰ ਗੱਲ ਕਹੀ ਕਿ ਕੋਈ ਤਾਂ ਹੈ ਜੋ ਮੇਰਾ ਵੀ ਖਿਆਲ ਰੱਖਦਾ, ਸੋ ਉਹੀ ਚੀਜ਼ ਉੱਥੇ ਇੰਪਲੀਮੈਂਟ ਹੋ ਜਾਂਦੀ ਹੈ। ਅਗਲਾ ਫਿਰ ਇਹ ਵੀ ਸੋਚਦਾ ਕਿ ਕੋਈ ਤਾਂ ਹੈ ਮੇਰਾ ਆਪਣਾ ਕਹਿਣ ਵਾਲਾ, ਅੱਜ ਮੇਰੇ ਨਾਲ ਹੈ, ਹੈ ਨਾ, ਮੇਰਾ ਸਾਥ ਦੇ ਰਿਹਾ। ਜੀ ਹਾਂਜੀ, ਕੰਟੀਨਿਊ ਕਰੋ ਸਰ। ਮੈਂ ਤੁਹਾਨੂੰ ਇੱਕ ਆਪਣੀ ਇੱਕ ਐਗਜ਼ਾਮਪਲ ਦਿੰਦਾ, ਮੈਂ ਜੋਬ ਕਰਦਾ ਸੀਗਾ ਜਦੋਂ, ਹਾਂਜੀ, ਤੇ ਮੈਨੂੰ ਕੰਪਨੀ ਦਾ ਮੋਟਰਸਾਈਕਲ ਮਿਲਿਆ ਸੀਗਾ, ਗਵਰਨਮੈਂਟ ਦੀ ਕੰਪਨੀ ਸੀ, ਮੋਟਰਸਾਈਕਲ ਮਿਲਿਆ ਸੀ। ਅੱਛਾ ਜੀ, ਕੀ ਬਾਤ ਹੈ। ਤੇ ਮੋਹਾਲੀ ਤੋਂ ਮੈਂ ਚੰਡੀਗੜ੍ਹ ਬੈਂਕਾਂ ਵਗੈਰਾ ਚ ਕੰਮ ਕਰਨ ਜਾਂਦਾ ਸੀਗਾ ਜੀ, ਤੇ ਰਸਤੇ ਮੈਨੂੰ ਕੋਈ ਬਜ਼ੁਰਗ ਮਿਲ ਜਾਣਾ, ਮੈਂ ਉਹਨਾਂ ਨੂੰ ਬਿਠਾਉਣਾ ਆਪਣੇ ਮੋਟਰਸਾਈਕਲ ਤੇ, ਜਿੱਥੇ ਉਹਨਾਂ ਨੇ ਐਡਰੈਸ ਦੇਣਾ, ਘਰ ਛੱਡ ਕੇ ਉਹਨਾਂ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲੈ ਕੇ ਤੇ ਫਿਰ ਇੱਥੋਂ ਚੱਲਣਾ। ਔਰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇੰਨੀ ਕਿਰਪਾ ਹੋਈ ਕਿ ਜ਼ਿੰਦਗੀ ਦੇ ਵਿੱਚ ਆਮ ਫੁੱਲੀ ਸੈਟਿਸਫਾਈਡ ਵਿਦ ਦ ਗੋਡ ਹੈਜ਼ ਗਿਵਨ ਟੂ ਮੀ। ਕੀ ਬਾਤ ਹੈ ਸਰ, ਐਂਡ ਯੂ ਆਰ ਵੈਰੀ ਬਲੈਸਡ। ਯਾ, ਔਰ ਇਹ ਚੀਜ਼ ਅੱਛੀ ਗੱਲ ਹੈ, ਔਰ ਇਹ ਚੀਜ਼ ਮੈਂ ਤੁਹਾਨੂੰ ਖੁਦ ਦੀ ਵੀ ਦੱਸਦਾ, ਔਰ ਮੇਰੇ ਨਾਲ ਵੀ ਇੱਦਾਂ ਹੀ ਹੁੰਦਾ ਕਿ ਜੇ ਮੈਨੂੰ, ਕਿਉਂਕਿ ਇੱਕ ਸਮਾਂ ਹੁੰਦਾ ਸੀ, ਅਸੀਂ ਵੀ ਉਹ ਸਮਾਂ ਦੇਖਿਆ, ਕਈ ਵਾਰ ਲਾਈਫ 'ਚ ਸਿਚੁਏਸ਼ਨ ਇੱਦਾਂ ਦੀ ਰਹੀ ਹੈ ਕਿ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਆਪਦੇ ਤੋਂ ਨੀਚੇ ਵੱਲ ਨੂੰ ਦੇਖ ਕੇ ਜੀਣਾ ਚਾਹੀਦਾ, ਰਾਈਟ, ਕਿ ਪਰਮਾਤਮਾ ਨੇ ਸਭ ਨੂੰ ਉਹਦੀ ਜ਼ਿੰਦਗੀ ਦੇ ਅਕੋਰਡਿੰਗ ਉੱਥੇ ਉੱਥੇ ਰੱਖਿਆ ਹੋਇਆ। ਸੋ ਅਸੀਂ ਵੀ ਉਹ ਟਾਈਮ ਦੇਖਿਆ ਕਿ ਜਦੋਂ, ਹੈ ਨਾ, ਧੁੱਪਾਂ ਦੇ ਵਿੱਚ ਪੈਦਲ ਵੀ ਜਾਣਾ ਪੈਂਦਾ ਸੀ, ਕਿਤੇ ਇੱਦਾਂ ਦੀ ਸਿਚੁਏਸ਼ਨ ਵੀ ਰਹੀਆਂ ਨੇ, ਪਰ ਅੱਜ ਜਦੋਂ ਕਿਤੇ ਕੋਈ ਜਾ ਰਿਹਾ ਹੁੰਦਾ, ਖਾਸ ਕਰਕੇ ਬਜ਼ੁਰਗ, ਇਹ ਕੋਈ ਲਿਫਟ ਵੀ ਮੰਗਦਾ ਹੈ ਨਾ, ਮੇਰੇ ਤੋਂ ਮਨਾ ਨਹੀਂ ਹੋ ਪਾਉਂਦਾ, ਔਰ ਮੈਂ ਆਪਦੀ ਡੈਸਟੀਨੀ ਛੱਡ ਕੇ ਪਹਿਲਾਂ ਉਹਨੂੰ ਉਹਦੀ ਡੈਸਟੀਨੀ 'ਤੇ ਛੱਡ ਕੇ ਆਉਂਦਾ ਹੁੰਦਾ ਕਿ ਯਾਰ ਤੇਰਾ ਜ਼ਰੂਰੀ ਹੈ, ਤੂੰ ਪਹਿਲਾਂ ਪਹੁੰਚ ਕਿ ਮੈਂ ਚਲੇ ਜਾਊਂਗਾ, ਔਰ ਖੁਸ਼ੀ ਮਿਲਦੀ ਹੈ ਪਟਿਆਲੇ ਵਿੱਚ। ਪਟਿਆਲੇ ਦੇ ਸਾਰੇ ਲੋਕਾਂ 'ਚ ਇਹ ਚੀਜ਼ ਹੈਗੀ ਹੈ, ਆਮ ਆਲਸੋ ਫਰੋਮ ਪਟਿਆਲਾ। ਓ ਕਿਆ ਬਾਤ ਹੈ ਜੀ, ਫਿਰ ਤਾਂ ਮੈਂ ਉਹੀ ਕਹਿ ਰਿਹਾ ਨਾ ਕਿ ਇਹ ਪਤਾ ਨਹੀਂ ਇੱਕ ਕੀ ਕਹਿੰਦੇ ਆ, ਤੁਹਾਨੂੰ ਜਦੋਂ ਕਿਸੇ ਰੱਬ ਵੱਲੋਂ, ਹੈ ਨਾ, ਤੁਹਾਡੇ 'ਤੇ ਕਿਰਪਾ ਹੁੰਦੀ ਹੈ, ਤੁਹਾਡੀ ਸੋਚ ਦੇ ਵਿੱਚ ਬਦਲਾਵ ਆਉਂਦਾ, ਤਾਂ ਬਹੁਤ ਚੀਜ਼ਾਂ 'ਚ ਬਦਲਾਵ ਆ ਜਾਂਦਾ, ਔਰ ਆਪਦੀ ਲਾਈਫ ਸਟਾਈਲ ਜਦੋਂ ਚੇਂਜ ਕਰ ਲੈਂਦੇ ਹਾਂ ਤਾਂ ਵਾਕਈ ਬਹੁਤ ਬਦਲਾਵ ਆ ਜਾਂਦਾ, ਔਰ ਤੁਹਾਨੂੰ ਲੋਕ ਯਾਦ ਵੀ ਰੱਖਦੇ ਨੇ ਫਿਰ ਕਿ ਹਾਂ ਕੋਈ ਤਾਂ ਹੈ ਇੱਦਾਂ ਦਾ ਸ਼ਖਸ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਂ ਇੱਦਾਂ ਦਾ ਹੈ, ਹੁਣ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਹੈਲਪ ਕੀਤੀ ਉਹ ਤੁਹਾਨੂੰ ਯਾਦ ਕਰਦੇ ਹੋਣਗੇ। ਜੀ ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ, ਬਿਕੋਜ਼ ਉਹਨਾਂ ਜੀ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਸ਼ਾਇਦ ਮੈਂ
ਬਿਲਕੁਲ, ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਤਾਂ ਓਬਵੀਅਸਲੀ ਇਹ ਤੁਹਾਨੂੰ ਉਹਨਾਂ ਦਾ ਹੀ ਆਸ਼ੀਰਵਾਦ ਹੈ, ਕਿਉਂਕਿ ਆਪਾਂ ਜਿਸ ਚੀਜ਼ 'ਚ ਵਿਸ਼ਵਾਸ ਰੱਖਦੇ ਹਾਂ ਨਾ ਤਾਂ ਉਹ ਜ਼ਰੂਰ ਉਹ ਚੀਜ਼ ਹੁੰਦੀ ਹੈ, ਔਰ ਅੱਛੇ ਕੰਮ ਕਰਦੇ ਰਹੀਏ, ਆਪਣੇ ਆਪ ਨੂੰ ਅੱਛਾ ਰੱਖੀਏ, ਅੱਛੇ ਕਰਮ ਰੱਖੀਏ, ਤਾਂ ਉਹ ਤਾਂ ਦੇਖ ਹੀ ਰਿਹਾ ਨਾ ਕਿ ਜਿਹਨੂੰ ਜਵਾਬ ਦੇਣੇ ਆ। ਸ਼ੁਕਰੀਆ ਜੀ ਰਜਿੰਦਰ ਜੀ ਕਾਲ ਕਰਨ ਲਈ, ਧੰਨਵਾਦ। ਗਾਣਾ ਤੁਹਾਨੂੰ ਸੁਣਾਵਾਂਗੇ ਸਾਡੀ ਮਰਜ਼ੀ ਦਾ। ਹੈਲੋ, ਫੋਨ ਕਾ ਫੰਡਾ, ਮੇਰਾ ਗਾਣਾ ਚਲਾ ਦਿਓ। ਗੱਲ ਕਰਦੇ ਹਾਂ ਕਾਲਰ ਨਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਹਾਂਜੀ, ਨਮਸਕਾਰ ਸਰ ਜੀ। ਨਮਸਕਾਰ ਜੀ, ਕੀ ਨਾਮ ਹੈ, ਕਿੱਥੋਂ ਗੱਲ ਕਰਦੇ ਹੋ ਤੁਸੀਂ? ਸਰ ਜੀ, ਦਰਸ਼ਨ ਕੁਮਾਰ ਮਲੋਰ ਤੋਂ, ਜ਼ਿਲ੍ਹਾ ਮੁਕਤਸਰ। ਅੱਛਾ ਜੀ, ਦਰਸ਼ਨ ਕੁਮਾਰ ਜੀ, ਵੈਲਕਮ ਜੀ। ਸਰ, ਗਾਣਾ ਕਿਹੜੇ ਸਿੰਗਰ ਦਾ ਸੁਣਨਾ ਦਰਸ਼ਨ ਜੀ? ਸਰ ਜੀ, ਕਰਨ ਔਜਲਾ ਸੁਣਾਵੇ। ਕਰਨ ਔਜਲਾ ਦਾ ਸੁਣੋਗੇ? ਦਰਸ਼ਨ ਜੀ, ਕਰਦੇ ਕੀ ਹੋ ਤੁਸੀਂ? ਸਰ ਜੀ, ਮੇਰਾ ਕੱਪੜੇ ਦਾ ਬਿਜ਼ਨਸ ਹੈ ਜੀ, ਕੱਪੜੇ ਦਾ। ਅੱਛਾ ਜੀ, ਕੱਪੜੇ ਦਾ ਬਿਜ਼ਨਸ ਹੈ? ਹਾਂਜੀ। ਸਰ ਜੀ, ਪਹਿਲੀ ਫੋਨ ਲਾਇਆ ਤੇ ਪਹਿਲੀ ਫੋਨ ਲੱਗ ਗਿਆ ਮੇਰਾ। ਇਹ ਕੀ ਬਾਤ ਹੈ, ਤੇ ਪ੍ਰੋਗਰਾਮ ਕਦੋਂ ਤੋਂ ਦੇਖ ਰਹੇ ਹੋ ਸਾਡਾ? ਪ੍ਰੋਗਰਾਮ ਤਾਂ ਦੇਖ ਰਿਹਾ ਕਮ ਸੇ ਕਮ 6 ਮਹੀਨਿਆਂ ਤੋਂ। ਅੱਛਾ ਜੀ, ਔਰ ਅੱਜ ਪਹਿਲੀ ਵਾਰ ਲਾਇਆ? ਅੱਜ ਪਹਿਲੀ ਵਾਰ ਜੀ ਕੀਤਾ, ਅੱਜ ਪਹਿਲੀ ਵਾਰ ਲਾਇਆ ਤੇ ਅੱਜ ਪਹਿਲੀ ਵਾਰ ਹੀ ਲੱਗ ਗਿਆ। ਹਾਂਜੀ ਹਾਂਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਖੁਸ਼ੀ ਹੋ ਰਹੀ ਹੈ ਤੁਹਾਨੂੰ? ਪੂਰੀ ਖੁਸ਼ੀ ਹੋਈ ਜੀ, ਪੂਰੀ ਖੁਸ਼ੀ। ਹਾਂ, ਅੱਜ ਗੱਲ ਵੀ ਖੁਸ਼ੀ ਤੇ ਛੇੜੀ ਹੋਈ ਹੈ ਅਸੀਂ ਕਿ ਸਾਨੂੰ ਕਿਸ ਚੀਜ਼ ਤੋਂ ਖੁਸ਼ੀ ਮਿਲਦੀ ਹੈ, ਤੇ ਤੁਹਾਨੂੰ ਇਹ ਦੱਸੋ ਕਿਸ ਚੀਜ਼ ਤੋਂ ਮਿਲਦੀ ਹੈ? ਮੈਨੂੰ ਸਰ ਜੀ ਖੁਸ਼ੀ ਮਿਲਦੀ ਹੈ ਕਿਸੇ ਨੂੰ ਖੁਸ਼ੀ ਦੇ ਕੇ। ਅੱਛਾ ਜੀ, ਕੀ ਬਾਤ ਹੈ। ਔਰ ਜਦੋਂ ਕਿਸੇ ਨੂੰ ਖੁਸ਼ੀ ਦੇ, ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਜੀ ਜੀ। ਔਰ ਬੋਲੋ 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 ਬੋਲੋ। ਹਾਂਜੀ ਹਾਂਜੀ, ਸਰ ਜੀ, ਇਸ ਤਰ੍ਹਾਂ ਨਾ ਵੀ ਆਪਾਂ ਯਾਨੀ ਕਿ ਸੁੱਖ ਤਾਂ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ ਜੀ, ਤੇ ਦੁੱਖ ਆਪਣੇ ਹੱਥ 'ਚ ਹੈ, ਆਪਾਂ ਦੁੱਖ ਨੂੰ ਕਿਸੇ ਨੂੰ ਨਾ ਦਈਏ। ਹਾਂ, ਉਹਦੇ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਬਿਲਕੁਲ ਬਿਲਕੁਲ, ਆਹ ਗੱਲ ਤੁਸੀਂ ਬਹੁਤ ਸਿਆਣੀ ਕੀਤੀ ਕਿ ਜੇ ਅਸੀਂ ਸੁੱਖ ਕਿਸੇ ਨੂੰ ਦੇ ਨਹੀਂ ਸਕਦੇ ਪਰ ਦੁੱਖ ਦਾ ਨਾ ਦਈਏ, ਇਹ ਚੀਜ਼ ਤਾਂ ਸਾਡੇ ਹੱਥ 'ਚ ਹੈਗੀ ਹੈ। ਵਾਕਈ ਵਾਕਈ ਸੋਚਣ ਵਾਲੀ ਗੱਲ ਹੈ, ਜੇ ਸੋਚੋ ਤਾਂ ਬਹੁਤ ਦੂਰ ਸੋਚ ਚਲੇ ਜਾਂਦੀ ਹੈ। ਔਰ ਇਹ ਗੱਲ ਵਾਕਈ 100% ਗੱਲ ਸਹੀ ਹੈ ਤੁਹਾਡੀ। ਕੀ ਬਾਤ ਹੈ ਸਰ, ਕੀ ਬਾਤ ਹੈ। ਔਰ ਅੱਜ ਜੇ ਤੁਸੀਂ ਕਾਲ ਕੀਤੀ, ਔਰ ਦੇਖੋ ਕਿੰਨੀ ਵੱਡੀ ਗੱਲ ਤੁਸੀਂ ਅੱਜ ਰੱਖੀ ਹੈ। ਹਾਂਜੀ 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 ਜੀ ਜੀ, ਤੁਹਾਡੀਆਂ ਦੇਣਾ ਹੈ, ਤੁਹਾਡੇ ਕੋਲ ਸਿੱਖਿਆ ਸੀ ਇਹ? ਨਹੀਂ ਜੀ ਨਹੀਂ, ਅਸੀਂ ਰਲ ਮਿਲ ਕੇ ਇੱਕ ਦੂਜੇ ਕੋਲ ਸਿੱਖ ਰਹੇ ਹਾਂ। ਤੁਸੀਂ ਇਹ ਕਹਿ ਸਕਦੇ ਹੋ ਕਿ ਆਪਣੀ ਬਸ ਸੋਮਵਾਰ ਬੁੱਧਵਾਰ ਸ਼ੁੱਕਰਵਾਰ 1 ਘੰਟੇ ਦੀ ਕਲਾਸ ਹੁੰਦੀ ਹੈ, ਜਨਰਲ ਕਲਾਸ ਹੁੰਦੀ ਹੈ ਆਪਣੀ ਸਾਰਿਆਂ ਦੀ, ਕਿ ਆਪਾਂ ਆਪਣਾ ਆਪਣਾ ਲੈਸਨ ਇੱਥੇ ਸ਼ੇਅਰ ਕਰਨਾ ਹੁੰਦਾ ਕਿ ਸਾਰਿਆਂ ਕੋਲ ਉਹ ਨੌਲੇਜ ਪਹੁੰਚੇ। ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ, ਬਸ ਜੁੜੇ ਰਹੋ ਜੀ। ਔਰ ਜਿੰਨੇ ਵੀ ਗਾਹਕ ਵੀ ਆਉਂਦੇ ਉਹਨਾਂ ਨੂੰ ਵੀ ਜੋੜਿਆ ਕਰੋ, ਪਰਚੀ ਦੇ ਨਾਲ ਲਿਖ ਕੇ ਟਾਈਮ ਭੇਜਿਆ ਕਰੋ ਕਿ 9 ਵਜੇ ਇੰਨੇ ਮਿੰਟ ਤੇ ਪ੍ਰੋਗਰਾਮ ਆਉਂਦਾ ਹੈ, ਆਹ ਵਾਲੇ ਦਿਨ ਆਹ ਵਾਲੇ ਚੈਨਲ ਤੇ, ਠੀਕ ਹੈ? ਕੋਸ਼ਿਸ਼ ਤਾਂ ਕਰਕੇ ਦੇਖੋ, ਕੀ ਪਤਾ ਆਪਾਂ ਫੈਮਿਲੀ ਹੋਰ ਵਧਾ ਲਈਏ। ਆਓ ਗਾਣਾ ਰੈਡੀ ਇੰਜੋਏ ਕਰਦੇ ਹਾਂ। ਫੋਨ ਕਾ ਫੰਡਾ, ਫੋਨ ਕਾ ਫੰਡਾ, ਹੈਲੋ, ਫੋਨ ਕਾ ਫੰਡਾ, ਫੋਨ ਕਾ ਫੰਡਾ, ਮੇਰਾ ਗਾਣਾ ਚਲਾ ਦਿਓ। ਕਾਲਰ ਰੈਡੀ 9161 9168। ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਸ਼ੀਲਾ ਜੀ? ਠੀਕ ਹੈ, ਠੀਕ ਹੈ ਜੀ। ਦੇਖਿਆ ਤੁਹਾਨੂੰ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਕੀ ਸ਼ੀਲਾ ਬੋਲ ਰਹੀ ਹੈ ਸਰਸੇ ਤੋਂ। ਵੈਲਕਮ ਹੈ ਜੀ, ਕਿਵੇਂ ਹੋ ਸ਼ੀਲਾ ਜੀ? ਠੀਕ ਹੋ? ਠੀਕ, ਆਪਣੇ ਦੱਸੋ? ਬਹੁਤ ਵਧੀਆ ਜੀ, ਤੁਹਾਡੇ ਸਾਹਮਣੇ ਗੱਲ ਹੁੰਦੀ ਹੈ, એનર્ਜੀ ਬਰਕਰਾਰ ਰਹਿੰਦੀ ਹੈ, ਹੋਰ ਦੁਗਣੀ ਹੋ ਜਾਂਦੀ ਹੈ। ਹਾਂਜੀ, ਗਾਣਾ ਕਿਹੜੇ ਸਿੰਗਰ ਦਾ ਸੁਣਾਈਏ ਅੱਜ? ਸੁਣਾ ਦਿਓ, ਕੋਈ ਵੀ ਸੁਣਾ ਦਿਓ, ਕੋਈ ਵੀ ਸੁਣਾ ਦਈਏ। ਤੇ ਅੱਜ ਖੁਸ਼ੀ ਦੀ ਗੱਲ ਚੱਲ ਰਹੀ ਹੈ ਤੇ ਆਪਾਂ ਨੂੰ ਅਕਸਰ ਆਪਾਂ ਖੁਸ਼ੀਆਂ ਹੀ ਲੱਭਦੇ ਆ, ਹਨਾ, ਔਰ ਇਹੀ ਚਾਹੁੰਦੇ ਆ ਕਿ ਹਰ ਬੰਦੇ ਦੇ ਲਾਈਫ 'ਚ ਖੁਸ਼ੀ ਹੋਏ, ਪਰ ਆਪਾਂ ਨੂੰ ਤਾਂ ਖੁਸ਼ੀ ਕੀ ਹੋ ਜਾਂਦੀ ਹੈ, ਪ੍ਰੋਗਰਾਮ ਆਉਂਦਾ ਨਾ ਤਾਂ ਖੁਸ਼ੀ ਹੋ ਜਾਂਦੀ ਹੈ ਮੈਨੂੰ ਤਾਂ। ਅੱਛਾ ਜੀ, ਔਰ ਉਹ ਚਿਹਰੇ ਤੇ ਝਲਕ ਵੀ ਰਹੀ ਹੈ ਤੁਹਾਡੀ ਖੁਸ਼ੀ। ਚਲੋ, ਐਟ ਲੀਸਟ ਅਸੀਂ ਕਿਸੇ ਕੰਮ ਤਾਂ ਆ ਰਹੇ ਹਾਂ ਨਾ। ਹਾਂਜੀ, ਤੁਹਾਨੂੰ ਖੁਸ਼ ਰੱਖਣ 'ਚ ਸਹੀ, ਚਾਹੇ ਹੱਸਣ 'ਚ ਸਹੀ, ਸਮਾਈਲ ਕਰਨ 'ਚ ਸਹੀ, ਹੈ ਕਿ ਨਹੀਂ? ਪ੍ਰੋਗਰਾਮ ਤੋਂ ਇਲਾਵਾ ਹੋਰ ਕੀ ਕਰਦੇ ਹੋ ਘਰ 'ਚ, ਜਦੋਂ ਜਿਸ 'ਚ ਖੁਸ਼ੀ ਮਿਲਦੀ ਹੈ ਜ਼ਿਆਦਾ? ਸ਼ੀਲਾ ਜੀ, ਖੁਸ਼ ਹੀ ਰਹਿੰਦੇ ਹੋ ਸਾਰਾ ਟਾਈਮ? ਦਿਮਾਗ ਨੂੰ ਸ਼ਾਂਤ ਰੱਖੀਏ, ਕੋਸ਼ਿਸ਼ ਹਰ ਕੋਈ ਕਰਦਾ। ਮੈਂ ਵੀ ਵਿੱਚ ਹੀ ਆਉਂਦਾ ਕਿ ਮੈਂ ਇਹ ਨੀ ਕਹਿ ਰਿਹਾ ਮੈਂ ਬਾਹਰ ਹਾਂ, ਜੇ ਤੁਸੀਂ ਉਹ ਚੀਜ਼ 'ਚ ਸਕਸੈਸ ਹੋ ਤਾਂ ਤੁਹਾਨੂੰ ਵਧਾਈ, ਤੁਹਾਨੂੰ ਮੁਬਾਰਕ ਆ। ਔਰ ਅਸੀਂ ਵੀ ਸਿੱਖੀਏ ਇਹ ਚੀਜ਼ ਕਿ ਆਪਣੇ ਆਪ ਨੂੰ ਕੰਟਰੋਲ 'ਚ ਰੱਖ ਪਾਈਏ, ਆਪਣੇ ਆਪ ਨੂੰ ਖੁਸ਼ ਰੱਖ ਪਾਈਏ, ਆਪਣੇ ਆਪ ਨੂੰ ਪੋਜ਼ਿਟਿਵ ਰੱਖ ਪਾਈਏ। ਥੈਂਕ ਯੂ ਸੋ ਮਚ, ਧੰਨਵਾਦ ਸ਼ੀਲਾ ਜੀ ਕਾਲ ਕਰਨ ਲਈ। ਹੱਸਦੇ ਰਿਹਾ ਕਰੋ, ਕਾਲ ਕਰਦੇ ਰਿਹਾ ਕਰੋ। ਸ਼ੁਕਰੀਆ ਜੀ, ਗਾਣਾ ਰੈਡੀ, ਗਾਣਾ ਇੰਜੋਏ ਕਰਦੇ ਹਾਂ। ਫੋਨ ਕਾ ਫੰਡਾ, ਫੋਨ ਕਾ ਫੰਡਾ, ਹੈਲੋ, ਫੋਨ ਕਾ ਫੰਡਾ, ਫੋਨ ਕਾ ਫੰਡਾ, ਮੇਰਾ ਗਾਣਾ ਚਲਾ ਦਿਓ। ਹਾਂ, ਦੇਖਿਆ ਕਿ ਜਿਸ ਤਰੀਕੇ ਦੀ ਗੱਲ ਆਪਾਂ ਕਰਦੇ ਹਾਂ ਉਸ ਤਰੀਕੇ ਦਾ ਇੰਪੈਕਟ ਪੈਂਦਾ ਹੈ ਸਾਡੇ ਬਿਹੇਵੀਅਰ 'ਚ, ਹੈ ਨਾ, ਸਾਡੀ ਸੋਚ ਦੇ ਵਿੱਚ, ਹੈ ਨਾ। ਔਰ ਇਹ ਚੀਜ਼ਾਂ ਤਾਂ ਹੀ ਗੱਲਾਂ ਕਰਦੇ ਹਾਂ ਕਿ ਜਿਸ ਤਰੀਕੇ ਦੇ ਆਪਾਂ ਮਾਹੌਲ 'ਚ ਹੁੰਦੇ ਹਾਂ ਉਸ ਤਰੀਕੇ ਦੇ ਹੀ ਬਣ ਜਾਂਦੇ ਹਾਂ। ਸੋ ਤਾਂ ਹੀ ਮਾਹੌਲ ਬਣਾਉਂਦੇ ਹਾਂ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਦੁਪਹਿਰ ਨੂੰ 2 ਵਜੇ ਕਿ ਅਸੀਂ ਪੋਜ਼ਿਟਿਵ ਮਾਹੌਲ 'ਚ ਜੁੜੀਏ ਔਰ ਪੋਜ਼ਿਟਿਵ ਬਣੇ ਰਹੀਏ, ਪੋਜ਼ਿਟਿਵ ਸੋਚ ਬਣਾ ਪਾਈਏ, ਹੱਸਦੇ ਰਹੀਏ, ਜੁੜੇ ਰਹੋ, ਕਾਲ ਕਰਦੇ ਰਹੋ। ਅੱਜ ਲਈ ਸਭ ਦਾ ਥੈਂਕ ਯੂ, ਆਪਦੀ ਗੱਲਾਂ ਸਾਂਝੀਆਂ ਕਰਨ ਲਈ ਥੈਂਕ ਯੂ, ਪ੍ਰੋਗਰਾਮ ਦੇਖਣ ਲਈ ਥੈਂਕ ਯੂ, ਔਰ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ ਸਬਸਕ੍ਰਾਈਬ ਕਰਨ ਲਈ ਥੈਂਕ ਯੂ। ਨਹੀਂ ਕੀਤਾ ਫਿਰ ਨਹੀਂ ਥੈਂਕ ਯੂ, ਜੇ ਕਰ ਲਿਆ ਤਾਂ ਥੈਂਕ ਯੂ। ਜਿਨ੍ਹਾਂ ਨੇ ਨਹੀਂ ਕੀਤਾ ਹੁਣੇ ਜਾ ਕੇ ਕਰ ਲਓ, ਕਿਉਂਕਿ ਦੁਬਾਰਾ ਐਪੀਸੋਡ ਉੱਥੇ ਹੀ ਦੇਖ ਸਕਦੇ ਹੋ, ਆਪਦੇ ਕੋਲ ਸੁਣ ਸਕਦੇ ਹੋ। ਨੈਕਸਟ ਐਪੀਸੋਡ 'ਚ ਕਿਸੇ ਹੋਰ ਟੌਪਿਕ 'ਤੇ ਗੱਲ ਕਰਾਂਗੇ, ਔਰ ਅੱਜ ਜਿੰਨੀਆਂ ਵੀ ਗੱਲਾਂ ਕੀਤੀਆਂ ਕੋਈ ਗੱਲ ਪੱਲੇ ਪੈ ਗਈ ਹੈ ਤਾਂ ਇੰਪਲੀਮੈਂਟ ਕਰ ਲਈਏ, ਸੁਖੀ ਹੋ ਜਾਵਾਂਗੇ। ਸ਼ੁਕਰੀਆ ਜੀ, ਜਲਦ ਮੁਲਾਕਾਤ ਹੋਏਗੀ, ਟਿਲ ਦੈਨ ਖੁਸ਼ ਰਹੋ, ਹੱਸਦੇ ਰਹੋ, ਆਬਾਦ ਰਹੋ, ਰਿਦਮ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਹਾਂ ਹਾਂ।